ਐਂਡ ਹੈਲੋ, ਮੈਂ ਤੁਹਾਡਾ ਦੋਸਤ ਤੇ ਹੋਸਟ ਪਰਮਿੰਦਰ ਸਿੰਘ ਪਾਪਾ ਟੋਏ ਟੋਏ, ਅਤੇ ਮੰਡੇ ਇਜ਼ ਲੋਂਗਰ ਦੈਨ ਐਨੀ ਅਦਰ ਡੇ, ਇਹ ਮੈਂ ਨਹੀਂ ਕਹਿੰਦਾ, ਇਹ ਸਾਡੇ ਯੂਪੀ ਵਾਲੇ ਜਿਹੜੇ ਜੱਟ ਆ ਇੰਦੂ ਬਾਜਵਾੜੀ ਉਹ ਕਹਿੰਦੇ ਹੁੰਦੇ ਆ। ਅੱਜ ਉਹ ਕਸ਼ਮੀਰੀ ਝੱਗਾ ਪਾ ਕੇ ਆਇਆ, ਉਹਨਾਂ ਨਾਲ ਗੱਲਾਂ ਬਾਤਾਂ ਲੇਕਿਨ ਕਸ਼ਮੀਰ ਦੀ ਕਢਾਈ ਤੇ ਨਹੀਂ ਹੋਣੀਆਂ, ਗੱਲਾਂ ਬਾਤਾਂ ਹੋਣੀਆਂ ਜਿਹੜਾ ਸੌਦਾ ਪਤਾ ਇੱਥੇ ਜਾਇਦਾਦ ਦੇ ਨਾਂ ਤੇ ਵੇਚਿਆ ਤੇ ਖਰੀਦਿਆ ਜਾਂਦਾ, ਤੇ ਇਹਦੇ ਵਿੱਚ ਉਹਨਾਂ ਦਾ ਸਾਥ ਦੇਣਗੇ ਜੇ ਕੌਰ ਹੋਣੀ, ਜਿਹੜੇ ਕਿ ਸਾਡੀ ਇੱਥੋਂ ਦੀ ਕਮਿਊਨਿਟੀ ਦੇ ਵਿੱਚ ਬੀਂਗ ਏ ਰੀਅਲ ਅਸਟੇਟ ਏਜੰਟ ਉਹਨਾਂ ਦੇ ਵਾਂਗ ਹੀ ਬਾਰਫੁੱਟ ਐਂਡ ਥੋਮਸਨ ਪਾਪਾ ਟੋਏ ਟੋਏ ਦੀ ਟੀਮ ਦੇ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਲੋਰੀ ਸਕਰੀਨ ਦੇ ਉੱਤੇ ਦੋ ਸੋਹਣੀਆਂ ਸੁਨੱਖੀਆਂ ਸੂਰਤਾਂ, ਜੇ ਕੌਰ ਤੇ ਇੰਦਰਜੀਤ ਬਾਜਵਾ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸ਼੍ਰੋਤਿਆਂ ਨੂੰ, ਜਿੰਨੇ ਵੀ ਸੁਣ ਰਹੇ ਨੇ, ਦੇਖ ਰਹੇ ਨੇ, ਸਦਕਾ ਜੀ ਸਾਡਾ। ਇੱਕ ਨਾ ਪੰਜਾਬ ਦੀ ਬੋਲੀ ਆ ਵੀ ਹਰੇ ਹਰੇ ਘਾਹ ਤੇ ਸੱਪ ਫੂਕਾਂ ਮਾਰਦਾ। ਹੁਣ ਅਗਲੀ ਗੱਲ ਮੈਂ ਕਹਿਣੀ ਨਹੀਂ ਕਿਉਂਕਿ ਬੰਦਾ ਬੁਰਾ ਲੱਗਦਾ। ਤੁਸੀਂ ਤਾਂ ਉਹ ਗੱਲ ਕੀਤੀ ਚਪੇੜ ਮਾਰਨੀ, ਪਰ ਮਾਰ ਵੀ ਦਿੱਤੀ। ਇਹ ਆਪ ਜੀ ਤੋਂ ਸਿੱਖਿਆ। ਅੱਛਾ, ਮੈਨੂੰ ਇਹ ਦੱਸੋ ਵੀ ਇਸ ਵੇਲੇ ਪ੍ਰੋਪਰਟੀ ਦੀ ਹਾਲਾਤ ਕੀ ਆ ਜੇ ਕੌਰ ਜੀ? ਲੋਕੀ ਤਰਥੱਲੀ ਮੱਚ ਗਈ, ਕਹਿੰਦੇ ਵੀ ਪ੍ਰੋਪਰਟੀਆਂ ਪ੍ਰੋਪਰਟੀਆਂ ਅਵੇਲੇਬਲ ਹੋ ਗਈਆਂ, ਸੋ ਜਿਹੜਾ ਬਾਇਰ ਆ ਉਹਦੇ ਲਈ ਤਾਂ ਚੰਗੀ ਗੱਲ ਆ ਇਹ, ਉਹਦੇ ਕੋਲ ਵਰਾਇਟੀ ਹੋ ਗਈ। ਹਾਂਜੀ ਬਿਲਕੁਲ, ਕਿਉਂਕਿ ਮੈਂ ਤੇ ਇਹ ਕਹਾਂਗੀ ਕਿ ਇਹ ਤੇ ਸਭ ਤੋਂ ਬੈਸਟ ਟਾਈਮ ਆ ਬਾਈ ਕਰਨ ਦੇ ਵਾਸਤੇ। ਬਾਇਰਸ ਵਾਸਤੇ ਤਾਂ ਇਹ ਸਭ ਤੋਂ ਪ੍ਰਾਈਮ ਮਾਰਕੀਟ ਆ, ਪ੍ਰਾਈਮ ਚੱਲਦਾ ਟਾਈਮ ਚੱਲਦਾ ਪਿਆ ਆ। ਬਿਲਕੁਲ ਸਹੀ। ਤੋਂ ਬਾਇਰਸ ਇਸ ਟਾਈਮ ਤੇ, ਕਿਉਂਕਿ ਹੁਣ ਆਪਾਂ ਕਰੰਟਲੀ ਬਹੁਤ ਸਾਰੇ ਬਾਇਰਸ ਨਾਲ ਕੰਮ ਕਰਦੇ ਪਏ ਹਾਂ, ਬਾਇਰਸ ਦੀ ਇੱਕ ਹੀ ਸਭ ਤੋਂ ਵੱਡੀ ਗੱਲ ਹੁੰਦੀ ਆ, ਜਦੋਂ ਉਹ ਰੀਪੇਮੈਂਟ ਕੈਲਕੂਲੇਟ ਕਰਦੇ ਆ, ਉਹ ਦੇਖ ਲੈਂਦੇ ਆ ਕਿ ਸਾਡੀ ਰੀਪੇਮੈਂਟ ਜੀ $800 ਜਾਂ $900 ਬਣਦੀ ਪਈ ਆ। ਮੰਨ ਲਓ ਜੀ ਅਸੀਂ 6.5 ਲੱਖ ਦੀ ਜਾਂ 7 ਲੱਖ ਦੀ ਪ੍ਰੋਪਰਟੀ, ਮਿਨੀਮਮ ਟੂ ਮਿਨੀਮਮ ਦੀ ਮੈਂ ਗੱਲ ਕਰ ਰਹੀ ਹਾਂ, ਜੇ ਆਪਾਂ 2 ਬੈਡਰੂਮ ਦੀ ਗੱਲ ਕਰੀਏ ਤਾਂ ਨਾ, ਓਕੇ, ਤੇ ਉਹ ਕਹਿੰਦੇ ਕਿ ਨਹੀਂ ਜੀ ਅਸੀਂ ਤਾਂ ਫਿਰ ਰੈਂਟ ਤੇ ਠੀਕ ਆ। ਬਟ ਨਾ ਕਈ ਵੇਲੇ ਉਹ ਡਿਫਰੈਂਸ਼ੀਏਟ ਨਹੀਂ ਕਰ ਪਾਉਂਦੇ ਹੈਗੇ ਕਿ ਤੁਸੀਂ ਰੈਂਟ ਤੇ ਰਹਿ ਰਹੇ ਆ, ਤੁਸੀਂ ਕਿਸੇ ਦੀ ਮੌਰਗੇਜ ਭਰਦੇ ਪਏ ਆ। ਓਕੇ, ਰਾਈਟ। ਜਦੋਂ ਤੁਸੀਂ ਆਪਣੀ ਪ੍ਰੋਪਰਟੀ ਦੀ ਜਦੋਂ ਗੱਲ ਆ ਜਾਂਦੀ ਹੈ, ਤੁਸੀਂ ਆਪਣਾ ਐਸੈਟ ਕ੍ਰੀਏਟ ਕਰ ਰਹੇ ਆ। ਬਿਲਕੁਲ ਸਹੀ। ਆਈ ਨੋ ਤੁਸੀਂ ਉਹਦੇ ਵਿੱਚ ਉਹਦੀ ਮੌਰਗੇਜ ਪੇ ਕਰ ਰਹੇ ਹੋ, ਉਹਦੇ ਤੇ ਇੰਟਰਸਟ ਪੇ ਕਰ ਰਹੇ ਆ, ਉਹਨੂੰ ਹੋਲਡਿੰਗ ਫੀਸ ਪੇ ਕਰ ਰਹੇ ਆ, ਪਰ ਇੱਕ ਸੈਂਸ ਆਫ ਸੈਟੀਸਫੈਕਸ਼ਨ ਤੁਹਾਡੇ ਮਨ ਦੇ ਵਿੱਚ ਬਿਲੋਂਗਿੰਗ। ਸਾਡਾ ਜਿਹੜਾ ਪੰਜਾਬੀ ਭਾਈਚਾਰਾ ਆ, ਜਿੱਥੋਂ ਤੁਸੀਂ ਆਏ, ਜਿੱਥੋਂ ਮੈਂ ਆ, ਉੱਥੇ ਸਾਨੂੰ ਇਸ ਚੀਜ਼ ਦੇ ਲਈ ਪ੍ਰੇਰਿਆ ਜਾਂਦਾ। ਬਿਲਕੁਲ ਕਿ ਯਾਰ ਪਰਦੇਸੀ ਧਰਤੀ ਉੱਤੇ ਤੁਹਾਡੀ ਆਪਣੀ ਸਿਰ ਤੇ ਛੱਤ ਹੋ ਜਾਏ, ਆਪਣਾ ਜ਼ਮੀਨ ਦਾ ਟੁਕੜਾ ਹੋ ਜਾਏ ਤਾਂ ਕਿਆ ਬਾਤ ਆ। ਆਪਾਂ ਕਰਜ਼ਈ ਰਹਿ ਕੇ ਬਹੁਤੇ ਰਾਜੀ ਨਹੀਂ, ਹੈ ਨਾ? ਹਾਂਜੀ ਹਾਂਜੀ। ਸੋ ਇੱਕ ਵਧੀਆ ਉਦਾਹਰਣ ਆ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ, ਤੁਸੀਂ ਜਾਰੀ ਰੱਖੋ। ਤੋ ਉਹ ਚੀਜ਼ ਆ, ਮੈਂ ਸਾਰਿਆਂ ਨੂੰ ਜਿੰਨੇ ਵੀ ਆਪਣੇ ਜਿੰਨੇ ਵੀ ਫਸਟ ਹੋਮ ਬਾਇਰ ਜਿਨ੍ਹਾਂ ਨਾਲ ਵੀ ਅਸੀਂ ਫਸਟ ਕੈਚਅਪ ਕਰਦੇ ਆ, ਮੀਟਿੰਗ ਕਰਦੇ ਆ, ਉਹਨਾਂ ਤੋਂ ਉਹਨਾਂ ਦੀਆਂ ਰਿਕੁਆਇਰਮੈਂਟ ਸਮਝਣ ਦੀ ਕੋਸ਼ਿਸ਼ ਕਰਦੇ ਆ, ਅਸੀਂ ਉਹਨਾਂ ਨੂੰ ਇਹ ਡਿਫਰੈਂਸ਼ੀਏਸ਼ਨ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਇੱਕ ਐਸੈਟ ਕ੍ਰੀਏਟ ਕਰਨ ਜਾ ਰਹੇ ਹੋ। ਸੋ ਐਸੈਟ ਕ੍ਰੀਏਟ ਕਰਨ ਦਾ ਮਤਲਬ ਇਹ ਹੁੰਦਾ ਤੁਸੀਂ ਉਹਨੂੰ ਨਰਚਰ ਕਰਨਾ ਆਪਣੇ ਐਸੈਟ ਨੂੰ, ਤੁਸੀਂ ਆਪਣੇ ਐਸੈਟ ਦੀ ਵੈਲਿਊ ਇਨਕਰੀਜ਼ ਕਰਨੀ ਆ। ਅਸੀਂ ਤੁਹਾਡੇ ਨਾਲ ਹਰ ਸਟੈਪ ਤੇ ਨਾਲ ਰਵਾਂਗੇ, ਵੈਰੀ ਗੁੱਡ, ਫਰੋਮ ਯੋਰ ਫਸਟ ਹੋਮ, ਕਿਉਂਕਿ ਐਸ ਪਰ ਮਾਈ ਐਕਸਪੀਰੀਅੰਸ ਜਦੋਂ ਕੋਈ ਬੰਦਾ ਫਸਟ ਹੋਮ ਲੈਂਦਾ ਆ, ਮਿਨੀਮਮ 2 ਸਾਲ ਤੇ ਮੈਕਸੀਮਮ 4 ਈਅਰਸ ਰਹਿੰਦੇ ਆ ਫਸਟ ਹੋਮ। ਬਿਲਕੁਲ ਸਹੀ। ਉਸ ਤੋਂ ਬਾਅਦ ਤੁਸੀਂ, ਤੁਹਾਡੇ ਬੱਚੇ ਵੱਡੇ ਹੁੰਦੇ ਆ, ਤੁਹਾਨੂੰ ਉਹਨਾਂ ਦੇ ਸਕੂਲ ਦੇ ਹਿਸਾਬ ਨਾਲ ਲੋਕੇਸ਼ਨ ਚੇਂਜ ਕਰਨੀ ਪੈਂਦੀ ਆ, ਲੋੜਾਂ ਬਦਲ ਜਾਂਦੀਆਂ। ਹਾਂਜੀ, ਤੁਹਾਡੀਆਂ ਜ਼ਰੂਰਤਾਂ ਬਦਲ ਜਾਂਦੀਆਂ, ਤੁਹਾਡੀ ਫੈਮਿਲੀ ਵੱਡੀ ਹੁੰਦੀ ਆ, ਤੁਸੀਂ 2-3 ਬੈਡਰੂਮ ਜਾਂਦੇ ਆ, ਹੈ ਨਾ? ਜਾਂ ਤੁਸੀਂ ਵਧੀਆ ਉਸ ਟਾਈਮ ਤੇ ਕਰ ਰਹੇ ਹੁੰਦੇ ਆ, ਤੁਸੀਂ ਕਹਿੰਦੇ ਆ ਕਿ ਨਹੀਂ ਅਸੀਂ 2 ਬੈਡਰੂਮ ਨੂੰ ਵੀ ਐਸ ਆਪਣੀ ਇਨਵੈਸਟਮੈਂਟ ਰੱਖ ਲੈਂਦੇ ਆ, ਆਪਣੇ ਵਾਸਤੇ ਵੱਡਾ ਫੈਮਿਲੀ ਹੋਮ ਦੇਖਦੇ ਆ। ਨੋ ਡਾਊਟ। ਸੋ ਦਿਸ ਇਜ਼ ਹਾਊ ਯੂ ਐਂਟਰ ਟੂ ਯੋਰ ਲਾਈਕ ਰੀਅਲ ਸਟੇਟ ਦੀ ਜਰਨੀ ਜੀ। ਤੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਡਰੋ ਨਾ,
ਫਸਟ ਹੋਮ ਲੈਣ ਤੋਂ ਕਦੀ ਵੀ ਡਰੋ ਨਾ। ਪਹਿਲੀ ਗੱਲ ਤੇ ਇਹ ਸੇਵਾਵਾਂ ਤੁਹਾਡੇ ਲਈ ਮੁਫ਼ਤ ਦੇ ਵਿੱਚ ਲਾਈਕ ਫ੍ਰੀ ਆਫ ਕੋਸਟ ਅਵੇਲੇਬਲ ਆ। ਤੁਸੀਂ ਕਿਸੇ ਰੀਅਲ ਸਟੇਟ ਏਜੰਟ ਦੇ ਨਾਲ ਬੈਠ ਕੇ ਪ੍ਰੋਪਰਲੀ ਆਪਣਾ ਟਾਈਮ ਬਣਾਓ, ਉਹਨਾਂ ਦੇ ਨਾਲ ਉਹਨਾਂ ਨਾਲ ਆਪਣੀਆਂ ਰਿਕੁਆਇਰਮੈਂਟਸ ਸਾਂਝੀਆਂ ਕਰੋ ਤੇ ਆਪਣਾ ਫਾਈਨਾਂਸ ਜਿਹੜਾ ਉਹ ਉਹਨਾਂ ਦੇ ਨਾਲ ਖੁੱਲ ਕੇ ਡਿਸਕਸ ਕਰੋ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿਸ ਹੱਦ ਤੱਕ ਤੁਹਾਡਾ ਬਜਟ ਜਿਹੜਾ ਬਿਲਕੁਲ ਉਹ ਤੁਹਾਨੂੰ ਆਗਿਆ ਦਿੰਦਾ। ਬਿਲਕੁਲ, ਅਸੀਂ ਤੁਹਾਨੂੰ 3 to 4 ਮੋਰਗੇਜ ਐਡਵਾਈਜ਼ਰਸ ਦੇ ਨੰਬਰ ਐਡਵਾਈਜ਼ ਕਰਾਂਗੇ, ਤੁਸੀਂ ਉਹਨਾਂ ਨੂੰ ਮਿਲੋ ਜਿਹਦੇ ਨਾਲ ਤੁਹਾਡੀ ਜ਼ਿਆਦਾ ਤੁਹਾਨੂੰ ਲੱਗ ਰਿਹਾ ਕਿ ਤੁਹਾਡੀ ਸੈਟੀਸਫੈਕਸ਼ਨ ਤੁਹਾਨੂੰ ਬੈਠ ਰਹੀ ਆ, ਜਿਹਨਾਂ ਨਾਲ ਤੁਹਾਡੀ ਜ਼ਿਆਦਾ ਟਿਊਨਿੰਗ ਬੈਠ ਰਹੀ ਆ, ਤੁਸੀਂ ਉਹਨਾਂ ਨਾਲ ਆਪਣੀਆਂ ਗੱਲਾਂ ਆਪਣੇ ਇਸ਼ੂ ਨੂੰ ਸਾਂਝੇ ਕਰੋ ਤੇ ਤੁਹਾਨੂੰ ਡੈਫੀਨੇਟਲੀ ਅੱਗੇ ਪ੍ਰੋਸੀਡ ਕਰੂਗੇ, ਹੈਲਪ ਕਰੂਗੇ, ਪਲੱਸ ਅਸੀਂ ਤੇ ਹੈਗੇ ਆ ਤੁਹਾਡੇ ਨਾਲ ਹਰ ਸਟੈਪ। ਵੈਲ ਸੈਡ, ਵੈਲ ਸੈਡ। ਇੰਦੋ ਜੀ, ਮੈਂ ਤੁਹਾਨੂੰ ਕਹਿੰਦਾ ਨਹੀਂ ਸੀ ਇਹ ਕੁੜੀ ਵੱਡੀ ਹੋ ਕੇ ਕੁਝ ਬਣੂਗੀ। ਸੱਚੀ ਮੁੱਚੀ ਜੀ, ਪਤਾ ਨਹੀਂ ਚੱਲਿਆ ਹੁਣ ਸਾਰਾ ਕੁਝ ਤਾਂ ਜੇ ਕੋਰੇ ਦੱਸਦਾ ਹੁਣ ਆਪਾਂ ਗਾਣੇ ਗੁਣੇ ਗਾਣੇ ਆ ਫਿਰ ਤੁਹਾਡੇ ਨੂੰ ਨਾ ਹੀ ਸਮਝੀਏ ਅੱਛਾ ਤੁਸੀਂ ਦੱਸੋ ਵੀ ਜਦੋਂ ਪਹਿਲਾ ਘਰ ਖਰੀਦਣ ਦਾ ਸਮਾਂ ਆਉਂਦਾ, ਬੰਦੇ ਜਿਵੇਂ ਜੇ ਕੋਰੋਨਾ ਨੇ ਕਿਹਾ ਵੀ ਥੋੜੀ ਜਿਹੀ ਜੱਕੋ ਤੱਕੋ ਜੀ ਕਰਦੇ ਵੀ ਯਾਰ ਐਵੇਂ ਫਸ ਨਾ ਜਾਈਏ, ਕਿਉਂਕਿ ਦਸੰਬਰ ਚ ਇੰਡੀਆ ਵੀ ਜਾਣਾ, ਭਰਾ ਦਾ ਵਿਆਹ ਕਰਨਾ, ਗਾਹਾਂ ਬੀਬੀ ਨੂੰ ਵੀ ਉਹਦੇ ਪੋਤੇ ਲਈ ਲੋਕ ਆਫਟਰ ਕੰਧ ਲਈ ਸੱਦਣਾ, ਟੂਰਿਸਟ ਵੀਜ਼ੇ ਤੇ ਖਰਚਾ ਹੋਣਾ, ਟਿਕਟ ਭੇਜਣੀ ਆ, ਉਹ ਸਾਰਾ ਰਾਮ ਰੌਲਾ ਜਿਹੜਾ ਖਾਸ ਤੌਰ ਤੇ ਫਾਈਨੈਂਸ਼ੀਅਲ ਓਬਲੀਗੇਸ਼ਨਸ ਦਾ, ਇਹਨੂੰ ਇੱਕ ਰੀਅਲ ਅਸਟੇਟ ਏਜੰਟ ਜਿਹੜਾ ਹੈ ਭਾਵੇਂ ਕਿ ਉਹਦਾ ਅਧਿਕਾਰ ਖੇਤਰ ਨਹੀਂ ਹੈ, ਪਰ ਉਹ ਸਮਝਾਉਂਦਾ ਕਿਵੇਂ ਆਪਣੇ ਫਸਟ ਹੋਮ ਬਾਇਰ ਨੂੰ ਵੀ ਭਾਈ ਤੈਨੂੰ ਇਹ ਸਟੈਪ ਲੈ ਲੈਣਾ ਚਾਹੀਦਾ ਵੀ ਬਾਕੀ ਕੰਮ ਵੀ ਹੌਲੀ ਹੌਲੀ ਨਾਲ ਹੋਈ ਜਾਣੇ ਆ ਤਰੀਕੇ ਜਿਹਾ। ਇਹ ਦੇਖੋ ਡਿਪੈਂਡ ਕਰਦਾ ਕਿ ਕਿਹੋ ਜਿਹੀ ਪਰਸਨੈਲਿਟੀ ਨਾਲ ਤੁਸੀਂ ਡੀਲ ਕਰਦੇ ਹੋ। ਅੱਛਾ, ਕਿਉਂਕਿ ਕਈ ਪਰਸਨੈਲਿਟੀਜ਼ ਹੁੰਦੀਆਂ ਕਿ ਜਿਹੜੇ ਤੁਹਾਡੇ ਨਾਲ ਫਰੈਂਡਲੀ ਦੋਸਤਾਨਾ ਤੌਰ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਆ, ਤੁਸੀਂ ਉਹਨਾਂ ਦੇ ਨਾਲ ਕਰ ਸਕਦੇ ਹੋ ਜੀ। ਪਰ ਕਈ ਹੁੰਦੇ ਨੇ ਕਿ ਜਿਹੜੇ ਥੋੜੇ ਜਿਹੇ ਰਿਲੈਕਟੈਂਟ ਹੁੰਦੇ ਕਿ ਜਿਹੜਾ ਤੁਹਾਡੇ ਨਾਲ ਜ਼ਿਆਦਾ ਆਪਣੀ ਵਿਚਲੀਆਂ ਗੱਲਾਂ ਤੁਹਾਡੇ ਨਾਲ ਨਹੀਂ ਖੋਲਣੀਆਂ ਚਾਹੁੰਦੇ। ਓਕੇ, ਕਿਉਂਕਿ ਮੇਰੇ ਨਾਲ ਹੁਣੇ ਹਾਲ ਦੇ ਵਿੱਚ ਹੀ ਹੋਇਆ ਸੀਗਾ ਕਿ ਜਿੱਦਾਂ ਮੈਂ ਕਿਸੇ ਬਾਇਰ ਨੂੰ ਵੈਸੇ ਉਹਨੂੰ ਮੈਂ ਗੁੱਡ ਮਾਰਨਿੰਗ ਨਹੀਂ ਕੀਤੀ, ਮੈਂ ਉਹਨੂੰ ਵੈਸੇ ਕੀਤਾ ਕਿ ਵਾਟਸ ਦ ਰਾਈਟ ਟਾਈਮ ਟੂ ਕਾਲ ਯੂ, ਤੇ ਅੱਗੇ ਉਹ ਮੈਨੂੰ ਬੜਾ ਮੈਸੇਜ ਆ ਗਿਆ ਵੀ ਯੂ ਸ਼ੁਡ ਹੈਵ ਸੈਡ ਗੁੱਡ ਮਾਰਨਿੰਗ ਟੂ ਮੀ ਫਸਟ। ਤੇ ਇਸ ਕਰਕੇ ਹਰ ਜਿਹੜੀ ਪਰਸਨੈਲਿਟੀ ਹੁੰਦੀ ਬੜੀ ਅੱਡ ਹੁੰਦੀ ਹੈ, ਤੇ ਜਿੱਥੇ ਸਾਨੂੰ ਲੱਗਦਾ ਹੈ ਕਿ ਹਾਂ ਇਹ ਬੰਦੇ ਲੱਗਦਾ ਵੀ ਸਾਡੀ ਗੱਲ ਸੁਣ ਸਕਦੇ ਨੇ, ਸਾਡੀ ਸਲਾਹ ਦੇ ਨਾਲ ਸਹਿਮਤੀ ਹੋ ਸਕਦੀ ਹੈ, ਤੇ ਸਾਨੂੰ ਸਾਡੇ ਜਿਹੜੇ ਅਲਫਾਜ਼ ਹੁੰਦੇ ਨੇ ਬੜੇ ਸਾਨੂੰ ਸੋਚ ਸੋਚ ਕੇ ਕੱਢਣੇ ਪੈਂਦੇ ਆ, ਅਸੀਂ ਉਹਨਾਂ ਦੀ ਜ਼ਿਆਤੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਖਲਲ ਨਹੀਂ ਪਾ ਸਕਦੇ। ਬਿਲਕੁਲ ਸਹੀ। ਪਰ ਜੇ ਉਹ ਸਾਡੇ ਨਾਲ ਕੁਝ ਸਾਂਝੀਆਂ ਗੱਲਾਂ ਕਰਦੇ, ਕਿਉਂਕਿ ਮੇਰੇ ਕੋਲ ਇੱਕ ਬਾਹਰ ਆਇਆ ਸੀਗੇ, ਸਾਡਾ ਸਾਰਾ ਕੁਝ ਹੀ ਸਭ ਕੁਝ ਠੀਕ ਸੀਗਾ, ਅਸੀਂ ਘਰ ਲੈ ਲੈਣਾ ਸੀਗਾ, ਬਟ ਐਨ ਮੌਕੇ ਤੇ ਆ ਕੇ ਉਹਨਾਂ ਦੀ ਵਹੁਟੀ ਨੂੰ ਨੌਕਰੀ ਨਹੀਂ ਮਿਲੀ, ਤਾਂ ਬੜਾ ਔਖਾ ਹੋਇਆ, ਤੇ ਉਹਨਾਂ ਨੇ ਮੇਰੇ ਨਾਲ ਬੜੀਆਂ ਗੱਲਾਂ ਸਾਂਝੀਆਂ ਕੀਤੀਆਂ ਸੀ ਅਸੀਂ ਬਹਿ ਕੇ, ਤੇ ਕੁਝ ਲੋਕ ਹੁੰਦੇ ਨੇ ਕਿ ਜਿੱਥੇ ਉਹ ਤੁਹਾਡੇ ਨਾਲ ਖੁੱਲਦੇ ਨੇ ਤੁਸੀਂ ਉਹਨਾਂ ਦੇ ਨਾਲ ਖੁੱਲਦੇ ਹੋ, ਪਰ ਸਾਡਾ ਰੀਅਲ ਸਟੇਟ ਦਾ ਇੱਕ ਦਸਤੂਰ ਹੈਗਾ ਕਿ ਅਸੀਂ ਕਿਸੇ ਦੇ ਵਿੱਚ ਜਾ ਕੇ ਅਸੀਂ ਉਹਨਾਂ ਦੀ ਦਲਦਲ ਦੇ ਵਿੱਚ ਖੁੱਭਣਾ ਨਹੀਂ ਚਾਹੁੰਦੇ, ਕਿਉਂਕਿ ਰੱਬ ਨਾ ਕਰੇ ਕੱਲ ਨੂੰ ਕੁਝ ਗਲਤ ਹੋ ਜਾਏ, ਜੇ ਹੋ ਸਕੇ ਅਸੀਂ ਉਹਨਾਂ ਨੂੰ ਉਸ ਦਲਦਲ ਚੋਂ ਕੱਢਣਾ ਚਾਹੁੰਦੇ ਆ, ਪਰ ਅਸੀਂ ਉਹਨਾਂ ਦੇ ਨਾਲ ਅਸੀਂ ਚਾਹੁੰਦੇ ਆ ਵੀ ਹਾਂ ਅਸੀਂ ਹਰ ਚੀਜ਼ ਦੇ ਵਿੱਚ ਇੱਕ ਫਾਸਲਾ ਰੱਖੀਏ, ਜੇ ਉਹ ਅੱਗੇ ਆਉਂਦੇ ਨੇ ਉਹ ਇੱਕ ਕਦਮ ਲੈਣਗੇ ਅਸੀਂ 2 ਕਦਮ ਲਵਾਂਗੇ। ਲੇਕਿਨ ਹੁਣ ਜਿੱਦਾਂ ਉਹ ਹਜੇ ਬਾਹਰ ਹੈਗੇ ਨੇ, ਮੈਂ ਹਜੇ ਤੱਕ ਵੀ ਉਹਨਾਂ ਦੀ ਵਾਈਫ ਵਾਸਤੇ ਮੈਂ ਜੋਬ ਲੱਭ ਕੇ ਉਹਨਾਂ ਨੂੰ ਭੇਜ ਰਹੀ ਹਾਂ, ਹਾਲਾਂਕਿ ਉਹਨਾਂ ਨੇ ਹਜੇ ਘਰ ਨਹੀਂ ਲੈਣਾ, ਉਹਨਾਂ ਨੇ ਕਿਰਾਏ ਤੇ ਘਰ ਲੈ ਲਿਆ ਹੈਗਾ, ਪਰ ਉਹਨਾਂ ਨੇ ਸਾਲ ਬਾਅਦ ਲੈਣਗੇ, ਤੇ ਸ਼ਾਇਦ ਮਤਲਬ ਕਿ ਹੁਣ ਮੇਰੀ ਕੋਸ਼ਿਸ਼ ਹੈ ਕਿ ਮੈਂ ਉਹਨਾਂ ਦੀ ਵੋਟੀ ਨੂੰ ਜੋਬ ਲੈਣਾ, ਐਟਲੀਸਟ ਉਹ ਲੋਕ ਹੱਸਦੇ ਵਾਸਤੇ ਰਹਿਣ। ਹਾਂ, ਮੇਰੇ ਹਿਸਾਬ ਨਾਲ ਇਹ ਹੁੰਦਾ ਕਿ ਜ਼ਰੂਰੀ ਨਹੀਂ ਕਿ ਸਾਨੂੰ ਹਰ ਵਾਰੀ ਅਸੀਂ ਪੈਸਾ ਹੀ ਵੇਖਦੇ ਹਾਂ ਆਪਣੇ ਵਾਸਤੇ, ਅਸੀਂ ਉਹ ਦਰਦ ਵੀ ਵੇਖਦੇ ਹਾਂ, ਜਿੱਦਾਂ ਕਿ ਹੁਣ ਮੇਰਾ ਜਿਹੜਾ ਘਰ ਹੈਗਾ ਪਲੰਬਲੀ, ਇਹ ਜਿਹੜੇ ਮੈਂ ਜਿਹਨਾਂ ਦੇ ਨਾਲ ਗੱਲਬਾਤ ਕਰ ਰਹੀ ਹਾਂ, ਇਹਨਾਂ ਨੇ ਮੇਰੀਆਂ ਬੜੀਆਂ ਇਹਨਾਂ ਦੇ ਨਾਲ ਬੜੀਆਂ ਖੁੱਲੀਆਂ ਗੱਲਾਂ ਹੋਈਆਂ ਸੀਗੀਆਂ,
ਇੱਕ ਵਟਾ ਨੌ ਪਲੰਬਲੀ ਕ੍ਰੈਸੈਂਟ ਮਹਿੰਗਰੀ ਮਹਿੰਗਰੀ ਦੇ ਵਿੱਚ ਦੋ ਬੈਡਰੂਮ ਪ੍ਰੋਪਰਟੀ ਆ ਯੰਗ ਫੈਮਿਲੀ ਦੇ ਲਈ ਬਹੁਤ ਵਧੀਆ ਐਬਸੋਲਿਊਟਲੀ ਬਹੁਤ ਖੂਬਸੂਰਤ ਹੈ ਇਹਨਾਂ ਨੇ ਮੇਰੀਆਂ ਗੱਲਾਂ ਕਿਉਂਕਿ ਜਦੋਂ ਮੈਂ ਉਹਨਾਂ ਨੂੰ ਗਈ ਸੀ ਤੇ ਮੈਂ ਉਹਨਾਂ ਨੂੰ ਬੜੇ ਪਿਆਰ ਨੇ ਕਿਹਾ ਸੀਗਾ ਜੇ ਤੁਸੀਂ ਕੁਝ ਮੇਰੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਉਹਨਾਂ ਨੇ ਮੇਰੇ ਨਾਲ ਹਰ ਗੱਲਾਂ ਸਾਂਝੀਆਂ ਕਰਨੀਆਂ ਫਿਰ ਕੀ ਹੁੰਦਾ ਕਿ ਜਦੋਂ ਸਾਂਝੀਆਂ ਗੱਲਾਂ ਕਰਦੇ ਨੇ ਫਿਰ ਤੁਸੀਂ ਉਹਨਾਂ ਦਾ ਉਹ ਪੱਖ ਵੀ ਸਮਝ ਸਕਦੇ ਹੋ ਤੇ ਫਿਰ ਤੁਸੀਂ ਜਿਹੜਾ ਤੁਹਾਡੇ ਕੰਮ ਕਰਨ ਦਾ ਤਰੀਕਾ ਹੁੰਦਾ ਥੋੜਾ ਜਿਹਾ ਅੱਡ ਜਿਹਾ ਹੋ ਜਾਂਦਾ ਗੱਲਾਂ ਤੋਂ ਯਾਦ ਆਇਆ ਸਾਰਾ ਕੁਝ ਤੁਹਾਨੂੰ ਗੁਰਬੀਰ ਸੋਢੀ ਨੇ ਸਿਖਾ ਕੇ ਭੇਜਿਆ ਨਹੀਂ ਜੀ ਨਹੀਂ ਸੋਢੀ ਸਾਹਿਬ ਤੇ ਬੜੀ ਉੱਚੀ ਚੀਜ਼ ਨੇ ਉਹ ਤੇ ਮਸ਼ਹੂਰ ਨੇ ਮੈਂ ਇਹੀ ਸੁਣਨਾ ਚਾਹੁੰਦਾ ਸੀ ਅੱਛਾ ਇੱਕ ਪ੍ਰੋਪਰਟੀ ਹੋਰ ਆ ਇੱਕ ਵਟਾ ਇੱਕ ਸਟਨ ਕ੍ਰੈਸੈਂਟ ਆਪਣੇ ਗੁਆਂਢ ਚ ਹੀ ਆ ਹਾਂਜੀ ਹਾਂਜੀ ਆਵਾਜ਼ ਮਾਰੀਓ ਸੁਣਦੀ ਆ ਬਿਲਕੁਲ ਕਹਿੰਦੇ ਨਾ ਦੁਆਬੇ ਵਾਲੇ ਕਹਿੰਦੇ ਹਾਕ ਮਾਰੀਓ ਸੁਣਦੀ ਆ ਹਾਕ ਮਾਰੀਓ ਸੁਣਦੀ ਇਹ ਗੱਲ ਬਿਲਕੁਲ ਤੁਸੀਂ ਸਹੀ ਕਹੀ ਆ ਮੈਂ ਇਹਦੇ ਤੇ ਦੋ ਲਾਈਨ ਕਹਿਣਾ ਚਾਹੂੰਗੀ ਕਿ ਮੈਨੂੰ ਨਹੀਂ ਲੱਗਦਾ ਇਸ ਪ੍ਰੋਪਰਟੀ ਤੋਂ ਵੱਧ ਕੇ ਪ੍ਰਾਈਮ ਲੋਕੇਸ਼ਨ ਇਨ ਪਾਪਾ ਟੋਇਟੋਏ ਹੋ ਸਕਦਾ ਬਜ਼ੁਰਗਾਂ ਨੂੰ ਗੁਰਦੁਆਰਾ ਲੱਗੇ ਕੜਾਹ ਪ੍ਰਸ਼ਾਦੀ ਦੇਖ ਗਰਮ ਗਰਮ ਹਾਂਜੀ ਤੁਸੀਂ ਨਹੀਂ ਲੰਗਰ ਛਕਣਾ ਚਾਹੁੰਦੇ ਘਰ ਵਾਲੀ ਕਹਿੰਦੀ ਮੈਂ ਰੋਟੀ ਨਹੀਂ ਅੱਜ ਬਣਾਉਣੀ ਅੰਮ੍ਰਿਤਸਰ ਜਾਂ ਕੈਫੇ ਐਂਡ ਰੈਸਟੋਰੈਂਟ ਬਿਲਕੁਲ ਔਨ ਯੋਰ ਡੋਰ ਸਟੈਪ ਮਤਲਬ ਇੰਟਰਵਿਊ ਤੋਂ ਬਾਅਦ ਕੁਲਚੇ ਤੁਸੀਂ ਉਹਨਾਂ ਦੇ ਕੋਲੋਂ ਖਾਣੇ ਹੋ ਹਾਂ ਮੈਨੂੰ ਜੇ ਖਵਾਏਗੀ ਓਕੇ ਜੇ ਠੀਕ ਹੈ ਤੁਸੀਂ ਹੰਟਰਸ ਕਾਰਨਰ ਚਾਹੁੰਦੇ ਆ ਹੰਟਰਸ ਕਾਰਨਰ ਨਾਲ ਦੀ ਸਟ੍ਰੀਟ ਤੇ ਹੰਟਰਸ ਕਾਰਨਰ ਆ ਸੋ ਦੈਟਸ ਵਨ ਆਫ ਦਾ ਪ੍ਰਾਈਮੈਸਟ ਲੋਕੇਸ਼ਨ ਵੈਰੀ ਬੈਸਟ ਫਾਰ ਫਰਸਟ ਹੋਮ ਬਾਇਰਸ ਛੋਟੀ ਫੈਮਿਲੀ ਦੇ ਵਾਸਤੇ ਸਭ ਤੋਂ ਵਧੀਆ ਲੋਕੇਸ਼ਨ ਹੈ ਮੈਂ ਵੀ ਦੇਖ ਰਿਹਾ ਵੀ 789 ਦੇ ਵਿੱਚ ਜੇ ਮੈਂ ਓਵਰਆਲ ਦੇਖਦਾ ਜੇ ਤੇ ਮੈਨੂੰ ਇਹ ਵੀ ਪਤਾ ਹੈ ਕਿ ਆਕਲੈਂਡ ਦੇ ਵਿੱਚ ਜਾਂ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਜਿਹੜਾ ਮਕਾਨਾਂ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਨੋਟਿਸ ਕੀਤੀ ਗਈ ਹੈ ਮੋਟੇ ਤੌਰ ਤੇ ਜਿਵੇਂ ਅੰਕੜਿਆਂ ਵੱਲ ਨਜ਼ਰ ਮਾਰਦਾ 1.4% ਡਰੋਪ ਇਨ ਕੁਆਰਟਰਲੀ ਵੈਲਿਊਜ਼ ਫੋਰ ਦਾ 4 months ਇਨ ਰੋ ਐਂਡ ਆਲਸੋ ਇਨ ਵੈਲਿੰਗਟਨ 0.3% ਚਲੋ ਜ਼ਿਆਦਾ ਨਹੀਂ ਹੈ ਪਰ ਜੇ ਅਸੀਂ ਦੂਜੇ ਪਾਸੇ ਮੁਲਕ ਨੂੰ ਵਾਪਸ ਇਕਨੋਮੀ ਰਿਸੈਸ਼ਨ ਦੇ ਵਿੱਚੋਂ ਕੱਢਣ ਦੀਆਂ ਗੱਲਾਂ ਕਰਦੇ ਹਾਂ ਤਾਂ ਅਸੀਂ ਇਹ ਬੜਾ ਨੋਟਿਸੇਬਲ ਰੱਖਦੇ ਹਾਂ ਇਸ ਫਿਗਰ ਨੂੰ ਕਿ 0.2% ਇਕਨੋਮਿਕ ਗਰੋਥ ਵੀ ਹੋ ਰਹੀ ਆ ਸੋ ਅਸੀਂ ਇੱਕ ਬੈਟਰ ਡਾਇਰੈਕਸ਼ਨ ਵੱਲ ਜਾ ਰਹੇ ਹਾਂ ਤੁਸੀਂ ਇਸ ਵਰਤਾਰੇ ਨੂੰ ਰੀਅਲ ਅਸਟੇਟ ਦੇ ਵਿੱਚ ਪਹਿਲਾਂ ਹੀ ਕਲੀਅਰ ਕਰ ਦਿੱਤਾ ਕਿ ਇੱਕ ਚੰਗੀ ਗੱਲ ਆ ਕਿ ਤੁਹਾਡੇ ਕੋਲ ਵੱਧ ਤੋਂ ਵੱਧ ਵੈਰਾਇਟੀ ਦੇ ਵਿੱਚ ਪ੍ਰੋਪਰਟੀਜ਼ ਜਿਹੜੀਆਂ ਮੌਜੂਦ ਨੇ ਫਸਟ ਹੋਮ ਬਾਇਰ ਦੇ ਲਈ ਵਿਨ ਵਿਨ ਸਿਚੁਏਸ਼ਨ ਆ ਸੋ ਇਹਦੇ ਨਾਲ ਇਦਾਂ ਵੀ ਹੋ ਸਕਦਾ ਫਸਟ ਹੋਮ ਬਾਇਰ ਦਾ ਨਖਰਾ ਵੀ ਥੋੜਾ ਵੱਧ ਗਿਆ ਹੋਊ ਬਸ ਯੂ ਵੈਰੀ ਰਾਈਟ ਨਖਰਾ ਲੋਕਾਂ ਦਾ ਵੱਧ ਗਿਆ ਕਿਉਂਕਿ ਜਦੋਂ ਸਾਡੇ ਕੋਲ ਬਹੁਤ ਸਾਰੀਆਂ ਮਿਠਾਈਆਂ ਹੁੰਦੀਆਂ ਅਸੀਂ ਸੋਚਦੇ ਹਾਂ ਕਿ ਅਸੀਂ ਡਿਸਾਈਡ ਨਹੀਂ ਕਰ ਪਾਉਂਦੇ ਪਰ ਕਈ ਵਾਰੀ ਹੁੰਦਾ ਕਿ ਜਦ ਤੱਕ ਅਸੀਂ ਡਿਸਾਈਡ ਨਹੀਂ ਤਦ ਤੱਕ ਉਹ ਜਿਹੜਾ ਪਲੈਟਰ ਹੁੰਦਾ ਚਲਾ ਜਾਂਦਾ ਹੈ ਇਸ ਕਰਕੇ ਦਿਸ ਇਜ਼ ਅਬਾਊਟ ਟਾਈਮ ਕਿ ਦਿਸ ਇਜ਼ ਅ ਟਾਈਮ ਡਿਲੇ ਨਹੀਂ ਕਰਨਾ ਚਾਹੀਦਾ ਐਬਸੋਲੂਟਲੀ ਡੋਨਟ ਡਿਲੇ ਇਟ ਹਾਂਜੀ ਵੈਰੀ ਗੁੱਡ ਹਾਂਜੀ ਤੇ ਮੈਂ ਵੀ ਯਾਦ ਕਰਾਣਾ ਕਿ ਇੰਦਰਜੀਤ ਬਾਜਵਾ ਹੁਣੀ ਜਿਹੜੇ ਬਾਰਫਟਨ ਥੌਮਸਨ ਦੀ ਟੀਮ ਦੇ ਵਿੱਚ ਪਾਪਟੋਏ ਦੇ ਵਿੱਚ ਆਪਣੇ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦੇ ਨਾਲ ਤੁਸੀਂ ਚਰਚਾ ਕਰਨੀ ਹੋਵੇ ਤੇ ਬਹੁਤ ਸੁਖਾਲੇ ਜਿਹੇ ਫੋਨ ਨੰਬਰ ਨੇ ਸਕਰੀਨ ਦੇ ਉੱਤੇ ਉਹਨਾਂ ਦੇ ਨੰਬਰ ਵੀ ਅਸੀਂ ਜ਼ਰੂਰ ਦੇਵਾਂਗੇ ਜੇਕਰ ਉਹਨਾਂ ਦੇ ਨਾਲ ਪਾਪਟੋਏ ਬ੍ਰਾਂਚ ਦੇ ਵਿੱਚ ਹੀ ਰੈਜ਼ੀਡੈਂਸ਼ੀਅਲ ਸੇਲਸ ਦੇ ਵਿੱਚ ਨੇ 0226941542 ਦੇ ਉੱਤੇ ਤੇ ਨਾਲ ਨਾਲ ਜੇ ਮੈਂ ਜ਼ਿਕਰ ਕਰਾਂ ਤੇ ਇਹ ਬ੍ਰਾਂਚ ਜਿਹੜੀ ਹੈ ਬਿਲਕੁਲ ਇੱਥੇ ਹੰਟਰਸ ਕਾਰਨਰ ਦੇ ਵਿੱਚ ਮੌਜੂਦ ਹੈ ਉੱਥੇ ਜਾ ਕੇ ਤੁਸੀਂ ਜ਼ਰੂਰ ਇਹਨਾਂ ਦੀ ਟੀਮ ਦੇ ਜਿਹੜੇ ਟੈਲੈਂਟਡ ਲੋਕ ਨੇ ਇਹਨਾਂ ਦੇ ਨਾਲ ਇਹ ਚਰਚਾ ਸਾਰੀ ਜਿਹੜੀ ਆ ਉਹ ਕਰ ਸਕਦੇ ਹੋ ਮੈਂ ਯਾਦ ਕਰਾ ਦਿਆਂ ਕਿ ਇੰਦਰਜੀਤ ਬਾਜਵਾ ਜੀ ਉਹਨਾਂ ਦਾ ਨੰਬਰ ਜਿਹੜਾ 0221278136 ਹੈ ਜੀ ਤੇ ਉਹਨਾਂ ਦੇ ਵੱਖ ਵੱਖ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਪਲੇਟਫਾਰਮ ਨੇ ਉਹਨਾਂ ਰਾਹੀਂ ਵੀ ਸਾਂਝ ਪੈ ਸਕਦੀ ਹੈ ਅੱਗੇ ਚੱਲ ਕੇ ਹੋਰ ਵੀ ਚਰਚਾ ਜਿਹੜੀ ਇਸ ਨੂੰ ਜਾਰੀ ਰੱਖਦੇ ਹਾਂ ਜਿਹੜਾ ਇਨਵੈਸਟਮੈਂਟ ਪ੍ਰੋਪਰਟੀ ਦਾ ਖੇਤਰ ਆ ਤੁਸੀਂ ਆਪ ਮੰਨਿਆ ਕਿ 3-4 ਸਾਲ ਤੱਕ ਬੰਦਾ ਜਿਹੜਾ ਹੌਲੀ ਹੌਲੀ ਸਾਹ ਸੌਖਾ ਆਉਣ ਲੱਗ ਜਾਂਦਾ ਜਿਹੜਾ ਫਸਟ ਹੋਮ ਬਾਇਰ ਹੁੰਦਾ ਉਸ ਤੋਂ ਬਾਅਦ ਉਹ ਐਕਸੀਡੈਂਟਲੀ ਇਨਵੈਸਟਰ ਬਣ ਜਾਂਦਾ ਜਾਂ ਹੌਲੀ ਹੌਲੀ ਉਹ ਆਪਣੀ ਗੁਣਾ ਜਮਾ ਉਸ ਪਾਸੇ ਨੂੰ ਕਰਨੀ ਸ਼ੁਰੂ ਕਰ ਦਿੰਦਾ ਹਨਾ ਕਿ ਚਲੋ ਯਾਰ ਵੀ ਜੇ ਹੋ ਸਕੇ ਤਾਂ ਆਪਾਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਹੋਰ ਲੈ ਲਈਏ ਇਸ ਵੇਲੇ ਜੇ ਮੈਂ ਮੋਟੇ ਤੌਰ ਤੇ ਦੇਖਾਂ ਇਨਵੈਸਟਰ ਦੀ ਪਹਿਲੀ ਪਸੰਦ ਕਿਹੜਾ ਇਲਾਕਾ ਹੈ ਜੇ ਮੈਂ ਵਾਈਡਰ ਆਕਲੈਂਡ ਦੀ ਗੱਲ ਕਰਾਂ ਸਾਊਥ ਆਕਲੈਂਡ ਅੱਛਾ ਨੋ ਡਾਊਟ
ਕਿਉਂਕਿ ਸਾਊਥ ਔਕਲੈਂਡ ਇੱਕ ਇੱਦਾਂ ਦੀ ਚੀਜ਼ ਆ, ਜੇ ਮੈਂ ਪ੍ਰਾਈਮ ਲੋਕੇਸ਼ਨ ਦੀ ਗੱਲ ਕਰਾਂ ਨਾ, ਤੁਸੀਂ ਜੇ ਆਪਾਂ ਫਿਗਰਸ ਨੂੰ ਦੇਖੀਏ ਜੋ ਪਾਸਟ ਦੇ ਵਿੱਚ ਰਹੀਆਂ ਆ, ਪਿਛਲੇ ਤਿੰਨ ਤਿੰਨ ਮਹੀਨੇ ਤੋਂ, ਚਲੋ ਬਹੁਤ ਥੋੜਾ ਟਾਈਮ ਹੋ ਗਿਆ, ਮੈਂ ਪਿਛਲੇ ਸਾਲ ਤੋਂ ਹੀ ਅਗਰ ਜੇ ਮੈਂ ਫਿਗਰਸ ਲਵਾਂ, ਆਈ ਥਿੰਕ ਸਾਊਥ ਔਕਲੈਂਡ ਵੁੱਡ ਬੀ ਵਨ ਆਫ ਦੈਟ ਏਰੀਆ ਇਨ ਔਕਲੈਂਡ ਜਿੱਥੇ ਹਮੇਸ਼ਾ ਗਰੋਥ ਹੀ ਹੋਈ ਆ, ਓਕੇ, ਕਿ ਨੋ ਡਾਊਟ ਉਤਾ ਸੁਖਣਾ ਕਹਿੰਦੇ ਵੀ ਗਾਂ ਤੇ ਗੱਲ ਚੱਲ ਗਈ। ਹਾਂਜੀ, ਨੋ ਡਾਊਟ ਬਹੁਤ ਸਾਰੇ ਪ੍ਰਾਈਸਿਸ ਹਮਿਲਟਨ ਨੂੰ ਜਾਂਦੇ ਆ, ਪੂਰੀਆਂ ਰੌਣਕਾਂ ਲੱਗੀਆਂ ਹੁੰਦੀਆਂ ਸੀ। ਹੁਣ ਤਾਂ ਘਰ ਘਰ ਹੀ ਨਜ਼ਰ ਆਉਂਦੇ ਨੇ ਹਰ ਜਗ੍ਹਾ। ਜਾਣ ਦੇ ਵਾਸਤੇ ਪਾਪਾ ਗੁਰੂ ਤੋਂ ਹਾਰਡਲੀ 15 ਮਿੰਟ ਦੀ ਡਰਾਈਵ ਆ। ਇਟਸ ਸੋ ক্লোਜ਼ ਕਿ ਤੁਹਾਨੂੰ ਪੁੱਕੀ ਕੋਈ ਤੋਂ ਵੀ ਜ਼ਿਆਦਾ ক্লোਜ਼ਲੀ ਤੁਹਾਨੂੰ ਪੁਕੀਨੋ ਪੈ ਰਿਹਾ ਹੈ, ਕਿਉਂਕਿ ਤੁਹਾਡੇ ਲਈ ਮੋਟਰ ਵੀ ਬਹੁਤ ਆਸਾਨ ਹੋ ਗਿਆ। ਪਰ ਤੁਸੀਂ ਬਾਜਵਾ ਜੀ ਨੂੰ ਕਹਿ ਕੇ ਮੇਰ ਨਾਲ ਸਿੱਧੀ ਗੱਲ ਕਰਾਓ, ਟ੍ਰੈਫਿਕ ਦਾ ਘਟਾਓ। ਮੈਨੂੰ ਲੱਗਦਾ ਬੰਦੇ ਆਉਂਦੇ ਹੈਗੇ ਆ ਪਰ ਦੁਖੀ ਬਹੁਤ ਆ, ਉਹ ਕਹਿੰਦੇ ਯਾਰ ਭਾਜੀ ਅਸੀਂ 45 ਮਿੰਟ ਦੇ ਚੱਕਰ 'ਚ ਲੈ ਤਾਂ ਲਿਆ ਪਰ ਹੁਣ ਲੋਕਾਂ ਕੋਲ ਆਪਸ਼ਨ ਕੋਈ ਨਹੀਂ ਹੈ। ਨਹੀਂ ਆਪਸ਼ਨ ਹੈ, ਪਰ ਹੁਣ ਮੈਨੂੰ ਲੱਗਦਾ ਵੀ ਲੋਕਾਂ ਕੋਲੇ ਆਪਸ਼ਨ ਹੈਗੀ ਕਿ ਥੋੜਾ ਜੇ ਵਾਪਸ ਇਧਰ ਨੂੰ ਆਪਾਂ ਸਿਟੀ ਵੱਲ ਆਉਂਦੇ ਹੋਏ ਤਾਂ ਅੱਗੇ ਨਾਲੋਂ ਮਕਾਨਾਂ ਦੀਆਂ ਕੀਮਤਾਂ ਤੁਹਾਨੂੰ ਇਹ ਅਲਾਓ ਕਰਦੀਆਂ ਕਿ ਤੁਸੀਂ ਇੱਥੇ ਵੀ ਐਕਸਪਲੋਰ ਕਰ ਸਕਦੇ ਆ। ਤੁਸੀਂ ਦੇਖੋ ਨਾ, ਤੇ ਫਲੈਟ ਬੁਸ਼ ਵੀ ਤੁਸੀਂ ਦੇਖੋ ਜਿੱਥੇ ਪਹਿਲੇ ਸਾਰੇ ਫਾਰਮ ਹਾਊਸਸ ਹੁੰਦੇ ਸੀਗੇ, ਹੁਣ ਸਾਰੇ ਤੁਸੀਂ ਦੇਖੋ ਵੀ ਘਰ ਹੀ ਘਰ, ਘਰ ਹੀ ਘਰ। ਇੱਕ ਜ਼ਮਾਨਾ ਹੁੰਦਾ ਸੀਗਾ ਕਿ ਉੱਥੇ ਬੜੀ ਸੋਹਣੀ ਤੁਸੀਂ ਸੈਰ ਸੋਲਾ ਤੇ ਜੰਗਲ ਜੰਗਲ ਜਾਂਦਾ ਸੀ, ਹੁਣ ਤਾਂ ਨਹੀਂ, ਹੁਣ ਵੀ ਮੋਰ ਬੋਲਦੇ ਆ, ਮੋਰ ਬੋਲਦੇ ਵਿਚਾਰੇ ਲੱਭਦੇ ਪਏ ਵੀ ਜਾ ਕੇ ਛੁਪੀਏ ਕਿਤੇ। ਮੋਰ ਦੀਆਂ ਬਾਂਗਾਂ ਨਹੀਂ ਅੱਜ ਕੱਲ ਸੁਣਾਈ ਦਿੰਦੀਆਂ, ਥੋੜੀ ਘਟ ਗਈਆਂ ਆ, ਬੋਲਦੇ ਜ਼ਰੂਰ ਨਹੀਂ, ਸਾਡੇ ਬੈਕ ਯਾਰਡ ਚ ਆਉਂਦੇ ਜੀ ਹਲੇ ਵੀ ਆਉਂਦੇ। ਲੇਕਿਨ ਇਹ ਚੰਗੀ ਗੱਲ ਆ ਵੀ ਕਲੋਜ਼ ਟੂ ਮਦਰ ਨੇਚਰ ਜਦੋਂ ਤੁਸੀਂ ਹੁੰਦੇ ਆ, ਪੰਜਾਂ ਤੱਤਾਂ ਦਾ ਪੁਤਲਾ ਇਹ ਬੰਦਾ ਜਿਹੜਾ ਘੱਟੋ ਘੱਟ ਉਹਦੇ ਮਨ ਦੇ ਵਿੱਚ ਰੀਝ ਹੁੰਦੀ ਆ ਕਿ ਮੈਂ ਇਦਾਂ ਦੀ ਥਾਂ ਦੇ ਲਾਗੇ ਰਵਾਂ ਜਿੱਥੇ ਹਿੰਦੂ ਬਾਜਵਾ ਜੀ ਅਮੀਰ ਇਲਾਕੇ ਦੇ ਵਸਨੀਕ ਆ, ਹਰ ਇੱਕ ਦਾ ਦਿਲ ਕਰਦਾ ਕਿ ਉੱਥੇ ਜਾ ਕੇ ਰਹੀਏ, ਲੇਕਿਨ ਹੁਣ ਅਫੋਰਡੇਬਲ ਆ। ਨਹੀਂ ਨਹੀਂ, ਤੁਸੀਂ ਵੀ ਤੇ ਮੇਰੇ ਗਵਾਂਢੀ ਹੋ, ਤੁਸੀਂ ਮੈਨੂੰ ਜ਼ਰਾ ਦੂਰ ਤੇ ਨਹੀਂ, ਪਿੱਛੇ ਨਾਲ ਹੀ ਬੈਰੀਕੇਡ ਸਾਡੇ, ਮਰਦੀ ਨੇ ਅੱਖ ਚ ਬਿਆ ਹਾਰ ਕੇ ਜੇਠ ਨਾਲ ਲਾਈਆਂ, ਤੁਹਾਡੇ ਚੱਕਰ ਸਾਨੂੰ ਵੀ ਆਉਣਾ ਪਿਆ ਜੀ। ਖੈਰ ਦੋਸਤੋ, ਇਹ ਹਸਾਉਂਦੇ ਬਹੁਤ ਆ, ਇਹਨਾਂ ਦੀਆਂ ਗੱਲਾਂ ਤੇ ਨਹੀਂ ਜਾਣਾ, ਜਿਹੜੀ ਕੋਈ ਕੰਮ ਦੀ ਗੱਲ ਆ ਤੁਸੀਂ ਉਹ ਪੱਲੇ ਮੰਨ ਲੈਣੀ, ਜਿਹੜੀਆਂ ਬਾਕੀ ਗੱਲਾਂ ਉਹ ਪੱਲੇ ਚੁੱਕ ਕੇ ਰੰਦੇ ਦੇਣੀ। ਅੱਛਾ ਜੇਕਰ ਜਿਹੜੇ ਯੰਗ ਬੱਚੇ ਸਾਡੇ ਆ ਰਹੇ ਨੇ, ਯੰਗ ਮੁੰਡੇ ਕੁੜੀਆਂ ਜਿਹੜੇ ਹੁਣ ਅਸਟੈਬਲਿਸ਼ ਹੋਏ, ਵਨ ਆਫ ਰੈਜੀਡੈਂਸੀ ਦੇ ਵਿੱਚ ਪਰਮਾਤਮਾ ਨੇ ਭਾਗ ਲਾਏ, ਜਿਹੜਾ ਰੈਜੀਡੈਂਸੀ ਵਾਲਾ ਭਾਵਜਲ ਸੀ ਉਹਨਾਂ ਨੇ ਬਾਹਰ ਕਰ ਲਿਆ, ਤੇ ਅਗਲੀ ਕਹਾਣੀ ਉਹਨਾਂ ਦੇ ਮਨ ਦੇ ਵਿੱਚ ਇਹੀ ਹੈ ਵੀ ਕਿਹੜੀ ਕਿਹੜੀ ਹੁਣ ਆਪਣਾ ਮਕਾਨ ਲੈ ਲਈਏ, ਸੇਵਿੰਗਸ ਹੈਗੀਆਂ ਲੋਕਾਂ ਦੇ ਕੋਲ, ਉਹਨਾਂ ਨੂੰ ਆਪਟੀਮਿਸਟਿਕ ਢੰਗ ਦੇ ਨਾਲ ਹੋਰ ਬੱਚਤ ਦੇ ਲਈ ਤੁਸੀਂ ਕਿਵੇਂ ਪ੍ਰੇਰਨਾ? ਬਹੁਤ ਵਧੀਆ ਤੁਸੀਂ ਕੁਐਸਚਨ ਪੁੱਛਿਆ, ਐਕਚੁਅਲੀ ਮੈਂ ਸਹੀ ਦੱਸਾਂ ਮੈਂ ਵੇਟ ਕਰਦੀ ਸੀ ਤੁਹਾਡੀ ਇਸ ਕੁਐਸਚਨ ਦੀ। ਮੈਂ ਨਾ ਇੱਕ ਬਹੁਤ ਈਜ਼ੀ ਜੀ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ, ਜਿਹੜੇ ਵੀ ਆਪਣੇ ਯੰਗ ਕਪਲ ਨੇ ਸਪੈਸ਼ਲੀ, ਜਾਂ ਸਿੰਗਲ ਕੁੜੀਆਂ ਜਾਂ ਸਿੰਗਲ ਮੁੰਡੇ ਨੇ, ਤੁਹਾਨੂੰ ਨਾ ਆਪਣੇ ਡਿਫਰੈਂਸ ਪਤਾ ਹੋਣਾ ਚਾਹੀਦਾ ਲਾਇਬਿਲਿਟੀ ਦੇ ਵਿੱਚ ਤੇ ਐਸੈਟ ਦੇ ਵਿੱਚ। ਓਕੇ, ਮੁੰਡੇ ਆਪਣੇ ਜਾਂ ਕੁੜੀਆਂ ਆਪਣੀਆਂ ਜਾਂ ਕਪਲ ਕੀ ਕਰਦੇ ਆ ਕਿ ਫੋਰ ਐਗਜ਼ਾਮਪਲ ਬਹੁਤ ਸਾਰੀਆਂ, ਸਾਰਿਆਂ ਨੇ ਬੜੇ ਸਾਲ ਮਿਹਨਤਾਂ ਕੀਤੀਆਂ ਹੋਈਆਂ ਆ, ਤੁਹਾਨੂੰ ਪਤਾ ਬੜੇ ਧੱਕੇ ਖਾ ਕੇ ਸਾਰੇ ਪੱਕੇ ਹੋਏ ਆ, ਮੈਂ ਵੀ ਵਨ ਆਫ ਰੈਜ਼ੀਡੈਂਸੀ ਚ ਪੱਕੀ ਹੋਈ ਆ, ਸੋ ਆਫ ਕੋਰਸ ਆਈ ਕੈਨ ਅੰਡਰਸਟੈਂਡ ਦੈਟ। ਲੱਡੂ ਨਹੀਂ ਖਲਾਏ ਪਰ, ਤੇ ਚਲੋ ਮੈਂ ਫਸਟ ਫੇਸ ਚ ਹੋ ਗਈ ਸੀਗੀ, ਉਹ ਵੱਖਰੀ ਗੱਲ ਆ, ਬਟ ਹਾਂਜੀ ਮੈਂ ਵੀ ਉਸੇ ਲਾਈਨ ਦੇ ਵਿੱਚ ਸੀਗੀ। ਸੋ ਉਹਦੇ ਵਿੱਚ ਕੀ ਆ, ਮੈਂ ਇਹ ਕਹਿਣਾ ਚਾਹੁੰਦੀ ਹਾਂ ਸਾਡੇ ਪੰਜਾਬੀ ਕੁੜੀਆਂ ਮੁੰਡੇ ਸਪੈਸ਼ਲੀ ਸਾਡੇ ਇੰਡੀਅਨ, ਜਦੋਂ ਅਸੀਂ ਪੱਕੇ ਹੁੰਦੇ ਸਭ ਤੋਂ ਪਹਿਲੀ ਤੁਹਾਨੂੰ ਮੈਂ ਦੱਸਾਂ ਉਹਨਾਂ ਦੀ ਚੋਇਸ ਕੀ ਹੁੰਦੀ, ਵਧੀਆ ਗੱਡੀ ਕਢਾ ਲਈਏ, ਵਧੀਆ ਫੋਨ ਲੈ ਲਈਏ, ਅੱਛਾ ਅਸੀਂ ਕਹਿ ਲਓ ਕਿ ਜੁਐਲਰੀ ਲੈ ਲਈਏ, ਘੁੰਮਣ ਚਲ ਜਾਈਏ। ਮੈਂ ਇਹ ਮੰਨਦੀ ਹਾਂ ਇਹ ਸਾਰੇ ਚਾਅ ਤੁਹਾਨੂੰ ਹੋਣੇ ਚਾਹੀਦੇ ਆ, ਪਰ ਤੁਸੀਂ ਇੱਕ ਗੱਡੀ ਲੈ ਰਹੇ ਆ, ਉਹ ਇੱਕ ਤੁਹਾਡੀ ਲਾਇਬਿਲਿਟੀ ਆ, ਕਿਉਂਕਿ ਗੱਡੀ ਨੇ ਡੈਪਰੀਸ਼ੀਏਟ ਹੋਣਾ, ਐਪਰੀਸ਼ੀਏਟ ਨਹੀਂ ਹੋਣਾ।
ਇਸ ਲਈ ਤੁਹਾਡੇ ਲਈ ਸਭ ਤੋਂ ਬੈਸਟ ਚੀਜ਼ ਇਹ ਆ ਡਿਸੀਜਨ, ਤੁਸੀਂ ਪਹਿਲਾਂ ਆਪਣਾ ਐਸੈਟ ਕ੍ਰੀਏਟ ਕਰੋ, ਅੱਛਾ ਤੁਸੀਂ ਆਪਣੀ ਕੋਈ ਪ੍ਰੋਪਰਟੀ ਲਓ, ਤੁਸੀਂ ਇੱਕ ਪ੍ਰੋਪਰਟੀ ਲੈ ਲਈ, ਉਸ ਤੋਂ ਬਾਅਦ ਤੁਸੀਂ ਉਹਨੂੰ 6 ਮਹੀਨੇ ਵਿੱਚ ਉਹਦੀ ਵੈਲਿਊ ਐਪਰੀਸ਼ੀਏਟ ਕਰੋ, ਉਹਦੇ ਵਿੱਚ ਕੋਈ ਐਡੀਸ਼ਨ ਕਰੋ, ਉਹਨੂੰ ਬੈਟਰ ਕਰੋ ਉਸ ਪ੍ਰੋਪਰਟੀ ਨੂੰ, ਉਹਨੂੰ ਬਾਅਦ ਚ ਰੀਫਾਈਨਾਂਸ ਕਰਵਾਓ ਆਪਣੀ ਬੈਂਕ ਤੋਂ, ਰੀਫਾਈਨਾਂਸ ਕੀਤੇ ਹੋਏ ਪੈਸੇ ਤੋਂ ਤੁਸੀਂ ਚਾਹੇ ਗੱਡੀ ਜਿੱਦਾਂ ਦੀ ਮਰਜ਼ੀ ਚੱਕੋ। ਓਕੇ, ਕਿ ਮਤਲਬ ਕਿ ਤੁਹਾਨੂੰ ਉਹ ਇੱਕ ਢੰਗ ਜਿਹੜਾ ਆ ਨਾ ਉਹ ਚੇਂਜ ਕਰਨ ਦੀ ਲੋੜ ਆ। ਮੇਰਾ ਇਹੀ ਸੁਝਾਅ ਆ ਕਿ ਤੁਹਾਨੂੰ ਲਾਇਬਿਲਿਟੀ ਜਿਹਨੂੰ ਗੋਰੇ ਆਪਟੀਮਾਈਜੇਸ਼ਨ ਕਹਿੰਦੇ ਆ, ਬਿਲਕੁਲ ਜਿਹੜੇ ਰਿਸੋਰਸਸ ਆ ਉਹਨਾਂ ਨੂੰ ਤਰੀਕੇ ਨਾਲ ਤੁਸੀਂ ਉਹਨਾਂ ਦੀ ਆਊਟਕਮ ਕਿਵੇਂ ਲਾਣ ਕਰੋ। ਹਾਂ, ਪਰ ਉਹੀ ਹੁੰਦਾ ਨਾ ਕਿ ਕਈ ਵਾਰੀ ਜਿਹੜੀ ਨਵੀਂ ਪੀੜ੍ਹੀ ਹੈਗੀ, ਦੂਸਰੀ ਗੱਲ ਹੁੰਦੀ ਹੈ ਕਿ ਜਿਸ ਤਰ੍ਹਾਂ ਜੈ ਨੇ ਕਿਹਾ ਬਹੁਤ ਕੁਝ ਬਹੁਤ ਸੋਹਣਾ ਕਿਹਾ, ਪਰ ਕਈ ਵਾਰੀ ਹੁੰਦਾ ਕਿ ਪਰ ਬਜ਼ੁਰਗਾਂ ਦੀ ਕੀ ਰਾਏ, ਅਸੀਂ ਬੜੇ ਭਾਵੁਕ ਹੋ ਕੇ ਪੂਰੀ ਸ਼ਿੱਦਤ ਨਾਲ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਬਜ਼ੁਰਗਾਂ ਦੀ ਕੀ ਰਾਏ ਆ, ਤਾਂ ਕਿ ਅਸੀਂ ਵੀ ਉਸ ਰਾਏ ਤੇ ਅਮਲ ਕਰਕੇ ਚੰਗੇ ਬੱਚੇ ਬਣ ਸਕੀਏ। ਦੇਖੋ, ਅਦਬ ਤੇ ਆਦਾਬ ਜਿਹੜੇ ਨਾ ਉਹ ਮਨਫੀ ਨਹੀਂ ਹੋਣੇ ਚਾਹੀਦੇ। ਮੈਂ ਉਹਨੂੰ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਿਹਾ। ਕਈ ਵਾਰੀ ਹੁੰਦਾ ਕਿ ਸਾਡੇ ਆਪਣੇ ਡਿਫਰੈਂਸਸ ਹੋ ਜਾਂਦੇ ਨੇ, ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਅੱਗੇ ਵਧਣਾ ਵੀ ਹੈ ਕਿ ਨਹੀਂ ਵਧਣਾ, ਕਿਉਂਕਿ ਪਿਛੋਕੜ ਦੀ ਜਿਹੜੀ ਖਿੱਚ ਹੁੰਦੀ ਹੈ, ਕਿਉਂਕਿ ਕਈ ਵਾਰੀ ਜਿਹੜੇ ਬੱਚੇ ਜਿਹੜੇ ਹੁਣ ਆਉਂਦੇ ਨੇ, ਜਿਹੜੇ ਯੰਗਸਟਰਸ ਆਉਂਦੇ ਨੇ, ਉਹਨਾਂ ਦੇ ਪਿੱਛੇ ਲਾਇਬਿਲਿਟੀਜ਼ ਇੰਨੀਆਂ ਜ਼ਿਆਦਾ ਹੁੰਦੀਆਂ ਕਿ ਉਹਦੇ ਬਾਅਦ ਜਿਹੜਾ ਇੰਟਰਸਟ ਰੇਟ ਹੈ ਜਿਹੜਾ, ਸੁੱਖਣਾ ਵੀ ਲਾਉਣੀ ਹੁੰਦੀ ਪਿੱਛੇ। ਐਗਜੈਕਟਲੀ, ਉਹ ਬੀਬੀ ਨੇ ਪਾਰ ਸੁੱਕਿਆ ਹੁੰਦਾ। ਐਗਜੈਕਟਲੀ, ਉਹ ਵੀ ਹੁੰਦਾ ਫਿਰ ਬੀਬੀ ਨੇ, ਕਿਉਂਕਿ ਉਹਦੇ ਤੁਸੀਂ ਭੈਣਾਂ ਵਿਆਹਣੀਆਂ ਹੁੰਦੀਆਂ ਸਭ ਕੁਝ। ਠੀਕ ਹੈ, ਐਜ਼ ਅ ਰੀਅਲ ਸਟੇਟ ਏਜੰਟ ਅਜੇ ਇਜ਼ ਵੈਰੀ ਨਾਈਸ, ਦੈਟਸ ਪਰਫੈਕਟਲੀ ਫਾਈਨ, ਪਰ ਕਹਿਣ ਦਾ ਭਾਵ ਹੈ ਕਿ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਉਦੋਂ ਹੀ ਤੁਸੀਂ ਪ੍ਰੋਪਰਟੀ ਚ ਪਾਓ ਕਿ ਜਦੋਂ ਤੁਹਾਨੂੰ ਲੱਗਿਆ ਕਿ ਤੁਹਾਡੇ ਉੱਤੇ ਪਿਛੋਕੜ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ। ਅੱਛਾ, 2 ਬੈਡਰੂਮ ਜਾਂ 3 ਬੈਡਰੂਮ, ਮਤਲਬ ਕਿੰਨਾ ਨਾਫਿਆ ਸ਼ੁਰੂਆਤੀ ਦੌਰ ਦੇ ਵਿੱਚ? ਫਰਜ਼ ਕਰ ਲਓ ਤੁਹਾਡਾ ਵਿਆਹ ਹੋ ਗਿਆ ਤੇ ਤੁਸੀਂ 2 ਬੈਡਰੂਮ ਲਓਗੇ, 3 ਬੈਡਰੂਮ, ਸ਼ੁਰੂਆਤਾਂ ਕਿੱਥੋਂ ਹੋਣ? ਕਿਉਂਕਿ ਸਾਡੇ ਤਾਂ ਸੁੱਕਣਾ ਟੂਰਿਸਟ ਵੀਜ਼ੇ ਦੇ ਵੀ ਸੰਗਤ ਕਾਫੀ ਆਉਂਦੀ ਸਾਡੇ ਭਾਈਚਾਰੇ। ਐਗਜ਼ੈਕਟਲੀ, ਹਾਂ, 2 ਬੈਡਰੂਮ, ਜੇ ਕੁੜੀ ਆਪਣੇ ਮਾਪਿਆਂ ਨੂੰ ਸੱਦ ਲੈਂਦੀ ਮੁੜ ਕੇ ਮੁੰਡਾ ਗੂਣੀਆਂ ਮਾਰਦਾ ਵੀ ਹੁਣ ਮੇਰੇ ਵਾਲੇ ਨੂੰ ਸੱਦ। ਬਿਲਕੁਲ, ਇਹ ਤੇ ਹੈ ਹੀ ਆ, ਫਿਰ ਇਹ ਦਿੱਕਤ ਤੁਹਾਡੀ ਹੈ। ਆਈ ਥਿੰਕ ਇੱਕ ਯੰਗ ਕਪਲ ਦੇ ਵਾਸਤੇ, ਮੈਨੂੰ ਲੱਗਦਾ ਇੰਦਰਜੀਤ ਜੀ ਵੀ ਇਸ ਚੀਜ਼ ਨਾਲ ਬਿਲਕੁਲ ਐਗਰੀ ਹੋਊਗੇ ਕਿ 2 ਬੈਡਰੂਮ ਸਟਾਰਟਿੰਗ ਦੇ ਵਾਸਤੇ ਬੈਸਟ ਚੀਜ਼ ਹੈ। ਐਂਟਰ ਕਰਨ ਦਾ ਪ੍ਰੋਪਰਟੀ ਦੇ ਵਿੱਚ ਉਹ ਬਣ ਜਾਂਦਾ ਆ, ਤੁਹਾਡੇ ਲਈ ਬੈਸਟ ਹੋ ਜਾਂਦਾ ਆ। ਸੋ ਦੂਸਰਾ ਕਈ ਵਾਰੀ ਹੁੰਦਾ ਨਾ ਕਿ ਜਦੋਂ ਅਸੀਂ ਪਹਿਲੀ ਵਾਰੀ ਚੀਜ਼ ਲੈਣ ਜਾਂਦੇ ਹਾਂ, ਫਿਰ ਸਾਨੂੰ ਹੁੰਦਾ ਵੀ ਬ੍ਰਿਕ ਸਟਰਕਚਰ ਵੀ ਹੋਵੇ ਤੇ ਪਿੱਛੇ ਸਾਨੂੰ ਲੋਨ ਵੀ ਚਾਹੀਦਾ, ਸਾਨੂੰ ਗਰਾਜ ਵੀ ਵੱਡਾ ਚਾਹੀਦਾ, ਅੱਗੇ ਵੀ ਥੋੜਾ ਵਿਹੜਾ ਖੁੱਲਾ ਹੋਵੇ, ਫਿਰ ਤੁਹਾਡੇ ਕੋਲ ਮਤਲਬ ਕਿ ਉਹ ਗੱਲ ਹੋ ਗਈ ਨਾ ਵੀ ਜੇ ਅਸੀਂ ਮਤਲਬ 100 ਰੁਪਇਆ ਸਾਡੇ ਕੋਲ ਹੋਵੇ ਤੇ ਸੋਚੀ ਵੀ ਅਸੀਂ ਸਿਲਕ ਦਾ ਝੱਗਾ ਪਾਈਏ ਤੇ ਔਖਾ ਹੋ ਜਾਊਗਾ ਨਾ, ਤੇ ਫਿਰ ਸਾਨੂੰ ਇਸ ਕਰਕੇ ਸਾਨੂੰ ਥੋੜੇ ਜਿਹੇ ਕੰਪਰੋਮਾਈਜ਼ ਕਰਨੇ ਚਾਹੀਦੇ ਨੇ। ਫਿਰ ਹੁੰਦਾ ਸਾਨੂੰ ਫ੍ਰੀ ਹੋਲਡ ਕ੍ਰੋਸ ਲਈ ਸਾਨੂੰ ਫ੍ਰੀ ਹੋਲਡ ਚ ਵੀ ਪ੍ਰੋਪਰਟੀ ਚਾਹੀਦੀ ਹੈ, ਉੱਤੇ ਯੂਨਿਟ ਟਾਈਟਲ। ਪਰ ਜਦੋਂ ਬੰਦੇ ਫਸਟ ਨੂੰ ਬਾਇਰ ਆ, ਇੰਦਰਜੀਤ ਜੀ ਮੈਨੂੰ ਕਹਿਣ ਦੀ ਇਜਾਜ਼ਤ ਦਿਓ, ਬਹੁਤੀ ਵਾਰ ਤਾਂ ਅਸਲੀਅਤ ਤੋਂ ਭੋਲ ਬੱਚੇ ਹੀ ਹੁੰਦੇ ਬੰਦੇ। ਨਹੀਂ ਜੀ ਨਹੀਂ, ਅੱਜ ਕੱਲ ਕਈਆਂ ਨੂੰ ਮੈਂ ਦੇਖਿਆ ਪਤਾ ਹੀ ਨਹੀਂ, ਲੇਕਿਨ ਹੁਣ ਸੋਸ਼ਲ ਮੀਡੀਆ ਨੇ ਠਾਠਾ ਕਰਾਤੀ। ਨਹੀਂ, ਸੋਸ਼ਲ ਮੀਡੀਆ ਨੇ ਬਹੁਤ ਪਤਾ ਲੋਕਾਂ ਨੂੰ, ਅੱਜ ਕੱਲ ਹੋਮਵਰਕ ਜ਼ਿਆਦਾ ਕੀਤਾ ਹੈ ਨਾ, ਬਹੁਤ ਜ਼ਿਆਦਾ ਹੋਮਵਰਕ ਕੀਤਾ ਹੁੰਦਾ, ਕਿਉਂਕਿ ਮੈਂ ਪਿੱਛੇ ਇੱਕ ਬਾਇਰ ਦੇ ਨਾਲ ਗੱਲ ਕਰੀ ਸੀ, ਯੰਗ ਕਪਲ ਸੀਗਾ, ਮਤਲਬ ਕਿ ਉਹ ਤੁਹਾਡੇ ਨਾਲ ਵੀ ਚੰਟ ਨਿਕਲਿਆ। ਓਏ ਹੋਏ ਹੋ, ਉਹ ਤਾਂ ਪੂਰਾ ਸਾਊਥ, ਮੈਨੂੰ ਪਤਾ, ਮੈਂ ਉਹਨੂੰ ਪਹਿਲੇ ਪੁੱਛ ਰਹੀ ਹਾਂ ਕਿ ਵੇਅਰ ਐਗਜ਼ੈਕਟਲੀ ਡੂ ਯੂ ਵਾਂਟ, ਉਹਨੇ ਮੈਨੂੰ ਸਾਰਾ ਦੱਸਤਾ ਤੇ ਡੂਰੀ ਸਾਊਥ ਤੋਂ ਸ਼ੁਰੂ ਹੋਇਆ ਹੋਣਾ। ਓਹੋ, ਪੁੱਛੋ ਨਾ ਜੀ, ਮੈਂ ਉਹਨਾਂ ਨੂੰ ਕਿਹਾ ਵੀ ਤੁਹਾਡੇ ਕੰਮ ਤੋਂ ਇਟਸ ਵੈਰੀ ਫਾਰ ਅਵੇ, ਨਹੀਂ ਜੀ ਆਈ ਹੈਵ ਟੂ ਸੀ, ਸਾਰਾ ਕੁਝ ਦੇਖਦਾ ਕੇ। ਔਰ ਉਹਦੇ ਬਾਅਦ ਫਿਰ ਹੁੰਦਾ ਸੀਗਾ ਕਿ ਨਹੀਂ 6 ਲੱਖ ਤੋਂ ਅਸੀਂ ਗਾਂ ਨਹੀਂ, 6 ਲੱਖ ਤੇ ਤੁਹਾਨੂੰ ਫਲੈਟ ਬੁਸ਼, ਤੇ ਮੈਨੂੰ ਲੱਗਦਾ 1 ਬੈਡਰੂਮ ਵੀ ਬੜੀ ਮੁਸ਼ਕਲ ਮਿਲਦਾ,
ਕਿਉਂਕਿ 6.5 ਲੱਖ ਤੋਂ ਤਾਂ ਸਿਰਫ ਤੁਹਾਨੂੰ ਟਾਊਨ ਹਾਊਸਿਸ ਮਿਲਦੇ ਨੇ ਫਲੈਟਬੁਸ਼ ਦੇ ਵਿੱਚ, ਉਹ ਵੀ ਤੁਹਾਡੀਆਂ ਕੰਧਾਂ ਜੁੜੀਆਂ ਹੁੰਦੀਆਂ, ਬਿਲਕੁਲ ਪ੍ਰਾਈਵੇਸੀ ਕੋਈ ਨਹੀਂ, ਪ੍ਰਾਈਵੇਸੀ ਕੋਈ ਨਹੀਂ ਹੈਗੀ। ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ, ਥੋੜਾ ਜਿਹਾ ਪਹਿਲਾ ਜਿਹੜਾ ਪਹਿਲਾ ਘਰ ਤੁਹਾਡਾ ਹੈਗਾ ਥੋੜਾ ਬਹੁਤ ਐਡਜਸਟਮੈਂਟ ਬਹੁਤ ਜ਼ਰੂਰੀ ਹੈ। ਮੈਨੂੰ ਲੱਗਦਾ ਵੀ ਡੂਆ ਪ੍ਰਾਪਰਟੀ ਲੈਣ ਚ ਵੀ ਜੇ ਕੋਈ ਵੱਡਾ ਇਤਰਾਜ਼ ਨਹੀਂ ਹੋਣਾ ਚਾਹੀਦਾ, ਐਸ ਲੌਂਗ ਐਸ ਤੁਸੀਂ ਇਦਾਂ ਦੀ ਹੋਵੇ ਪ੍ਰਾਪਰਟੀ ਵੀ ਤੁਸੀਂ ਆਪ ਉੱਥੇ ਸ਼ਿਫਟ ਕਰ ਗਏ ਤੇ ਅੰਦਰ ਰਹਿ ਕੇ ਤੁਸੀਂ ਹਲਕਾ ਹਲਕਾ ਮਾੜਾ ਮੋਟਾ ਕੰਮ ਵੀ ਫਿਰ ਇਸ ਤੋਂ ਚੰਗਾ ਕਿ ਤੁਸੀਂ ਡੂਅਪ ਵਾਲੀ ਪ੍ਰੋਪਰਟੀ ਤਾਂ ਹੀ ਲਓ ਵੀ ਜੇ ਤੁਹਾਨੂੰ ਲੱਗਦਾ ਵੀ ਯੂ ਆਰ ਅ ਹੈਂਡੀ ਪਰਸਨ ਯਾ ਟ੍ਰੇਡੀ। ਸੋ ਇਨਡਾਇਰੈਕਟਲੀ ਤੁਸੀਂ ਇਹ ਕਹਿਣਾ ਚਾਹੁੰਦੇ ਆ ਵੀ ਜੇ ਤਾਂ ਇਨਵੈਸਟਮੈਂਟ ਪ੍ਰੋਪਰਟੀ ਆ ਉਹ ਡੂਆ ਪਾਲੀ ਚੱਕ ਲਓ ਜਿੱਥੇ ਤੁਸੀਂ ਆਪ ਰਹਿਣਾ, ਉਹ ਰਹਿਣ ਜੋਗੀ ਹੋ। ਗੱਲ ਬੈਂਕਸ ਵੀ ਪ੍ਰੋਬਲਮ ਕਰਦੀਆਂ ਡੂਆ ਪ੍ਰੋਪਰਟੀ ਲਈ, ਕਿਉਂਕਿ ਜੇ ਤੁਸੀਂ ਫਸਟ ਹੋਮ ਬਾਇਰ ਆ ਤੁਸੀਂ ਡੂਆ ਪ੍ਰੋਪਰਟੀ ਲੈਣ ਜਾ ਰਹੇ, ਕਿਉਂਕਿ ਹੁਣ ਜਦੋਂ ਆਪਾਂ ਕੋਈ ਵੀ ਪ੍ਰੋਪਰਟੀ ਮਾਰਕੀਟ ਚ ਲੱਗੀ ਆ, ਆਫਕੋਰਸ ਤੁਸੀਂ ਬੈਂਕ ਨੂੰ ਪੁੱਛਦੇ ਆ ਕਿ ਅਸੀਂ ਇਸ ਪ੍ਰੋਪਰਟੀ ਦੇ ਹੋ, ਪਰ ਸਾਰੀਆਂ ਫੋਟੋਸ ਆਨਲਾਈਨ ਹੁੰਦੀਆਂ। ਜਦੋਂ ਬੈਂਕ ਦੇਖਦੀ ਆ ਕਿ ਉਹ ਲਿਵੇਬਲ ਕੰਡੀਸ਼ਨ ਉਹਦੀ ਹੋਣੀ ਬਹੁਤ ਜ਼ਰੂਰੀ ਆ, ਜੇ ਬੈਂਕ ਦੇ ਹਿਸਾਬ ਦੇ ਨਾਲ ਲਿਵੇਬਲ ਕੰਡੀਸ਼ਨ ਪ੍ਰੋਪਰਟੀ ਦੀ ਨਹੀਂ ਹੈਗੀ ਤਾਂ ਉਹ ਤੁਹਾਨੂੰ ਲੋਨ ਨਹੀਂ ਦਿੰਦੇ, ਖਾਸ ਕਰ ਜਿਹੜੇ ਪੇਂਟਡ ਹਾਊਸਿਸ ਵਗੈਰਾ ਹੁੰਦੇ ਨੇ। ਬੈਂਕ ਪਹਿਲਾਂ ਨਾਲੋਂ ਢੈਲੇ ਪਏ ਕਿ ਨਹੀਂ, ਬੈਂਕਾਂ ਦੀ ਚੂੜੀ ਕੱਸੀ ਹੋ ਹਲੇ ਵੀ ਹੈਗੇ ਨੇ ਥੋੜਾ ਜਿਹਾ, ਮਤਲਬ ਜੇ ਤੁਸੀਂ ਕਹੋ ਕਿ ਵਲ ਵਲੇਵਾ ਤਾਂ ਹੈਗਾ, ਕਹਿਣ ਨੂੰ ਤਾਂ ਅਸੀਂ ਕਹਿਤਾ ਵੀ ਹਾਂਜੀ ਅਸੀਂ ਸਿੱਧਾ ਸਿੱਧਾ ਚਲੇ ਜਾਂਦੇ ਹਾਂ ਪਾਪਾ ਟੋਏ, ਪਰ ਰਾਤ ਦੇ ਚੁਰਾਹੇ ਤੇ ਆਉਂਦੇ ਨੇ ਨਾ, ਤੇ ਇਸੇ ਕਰਕੇ ਜਿਹੜੇ ਬੈਂਕ ਵਾਲਾ ਜੁਗਾੜ ਨਹੀਂ ਲੱਗਦਾ, ਕਿਉਂਕਿ ਦੇਖੋ ਮਤਲਬ ਮੈਨੂੰ ਇੱਕ ਗੋਰਾ ਮਿਲਿਆ ਸੀਗਾ ਤੇ ਉਹਨੇ ਬੜੇ ਪਿਆਰ ਨਾਲ ਮੈਨੂੰ ਬੜੇ ਪੋਲਾਈਟਲੀ ਕਿਹਾ, ਕਹਿੰਦਾ ਕਿ ਥਿੰਗਸ ਆਰ, ਉਹਨੇ ਅੰਗਰੇਜ਼ੀ ਚ ਕਹਿੰਦਾ ਥਿੰਗਸ ਆਰ ਵੈਰੀ ਸਿੰਪਲ ਬਿਫੋਰ ਯੂ ਗਾਈਜ਼ ਮਾਈਗ੍ਰੇਟਡ। ਇੱਥੇ ਰੱਖ, ਤੁਸੀਂ ਵੀ ਉਹਨੂੰ ਡੌਗ ਈਟਿੰਗ ਨਹੀਂ ਕੀਤੀ ਉਹਦੀ? ਨਹੀਂ ਨਹੀਂ, ਫਿਰ ਆਪਾਂ ਵੀ ਉਹਨੂੰ ਬੜਾ ਸਮਝਾਤਾ ਵੀ ਤੁਸੀਂ ਦੇਖੋ ਪਹਿਲੇ ਤਾਂ ਤੁਹਾਡੇ ਕੋਲ ਜੋ ਸਿਰ ਤੁਸੀਂ ਆਲੂ ਉਬਾਲ ਕੇ ਖਾਂਦੇ ਸੀ, ਅੱਜ ਤਾਂ ਤੁਹਾਡੇ ਕੋਲ ਤੁਹਾਨੂੰ ਅਸੀਂ ਫਲੇਵਰ ਹੀ ਫਲੇਵਰ ਦਿੱਤੇ, ਅਸੀਂ ਪਨੀਰ ਵਾਲੀ ਪਾਈ ਖਾਣ ਲਾਤੇ। ਐਗਜ਼ੈਕਟਲੀ, ਉਹ ਵੀ ਸ਼ੁਕਰਾ ਸ਼ਾਮ ਨੂੰ 5 ਵਜੇ ਤੋਂ ਬਾਅਦ ਇੱਥੇ ਦੀਦਾ ਨਹੀਂ ਸੀ, ਸਿਰਫ ਤੇ ਕਾਲੇ ਤੇ ਨੀਲੇ, ਕਾਲੇ ਤੇ ਲਾਲ ਰੰਗ ਤੇ ਚਿੱਟੇ ਰੰਗ ਹੁੰਦੇ ਸੀ ਉਹਨਾਂ ਕੋਲ, ਹੁਣ ਤਾਂ ਹਰ ਜਗ੍ਹਾ ਇੰਨੇ ਸਾਰੇ ਇੱਥੇ ਬ੍ਰਾਂਡਸ ਆ ਗਏ ਨੇ। ਕਾਫੀ ਸਾਰੇ ਸਾਡੇ ਸੱਜਣ ਜਿਹੜੇ ਗੱਲਬਾਤ ਨੂੰ ਪਸੰਦ ਕਰ ਰਹੇ, ਗੁਰਚਰਨ ਸਿੱਖ ਹੋਣੀ, ਔਲਖ ਸਾਹਿਬ, ਜੱਸੀ, ਨਨੜ ਸੰਧੂ, ਦਿਆਲਾ ਸਿੰਘ ਖੋਸਾ, ਅਨਿਲ ਕੁਮਾਰ ਤੇ ਸੋਢੀ ਸਾਹਿਬ, ਉਹ ਤੇਰੀ, ਮੈਂ ਸੋਢੀ ਸਾਹਿਬ ਦੀਆਂ ਬਦਖੋਈਆਂ ਕਰੀ ਜਾਂਦਾ, ਉਹ ਪ੍ਰੋਗਰਾਮ ਦੇਖ ਰਿਹਾ। ਔਲਖ ਸਾਹਿਬ ਕਹਿੰਦੇ ਡੂ ਅਪ ਕਰਨ ਲਈ ਹੈਗੇ ਔਲਖ ਸਾਹਿਬ, ਤੇ ਕ੍ਰੀਏਟਿਵ ਬਿਲਡਰ ਵਾਲਿਆਂ ਨੂੰ ਯਾਦ ਰੱਖੋ, ਲਓ ਜੀ ਆਪਣੀ ਮਸ਼ਹੂਰੀ ਕਰ ਗਿਆ ਗੱਲਾਂ ਗੱਲਾਂ 'ਚ, ਇੱਦਾਂ ਚਾਹੀਦਾ ਡੈਫੀਨੇਟਲੀ ਜੀ, ਕਿਉਂਕਿ ਡੂਅਪਸ ਜਿਹੜੇ ਹੁੰਦੇ ਨੇ, ਕਿਉਂਕਿ ਛੋਟਾ ਤੁਸੀਂ ਦੇਖੋ ਮਾੜਾ ਜਿਹਾ ਤੁਸੀਂ ਕਿਧਰੇ ਬਾਹਰ ਆਪਣਾ, ਜੇ ਤੁਸੀਂ ਡਰਾਈਵੇ ਵੀ ਠੀਕ ਕਰਾਉਣਾ, ਥੋੜਾ ਜਿਹਾ ਤੁਸੀਂ ਉੱਥੇ ਸੀਮੈਂਟ ਪਾਣਾ ਹੋਵੇ, ਕਿੰਨਾ ਕੰਕਰੀਟ ਮਿਕਸ, ਬਹੁਤ ਮੁਸ਼ਕਲ ਹੋ ਜਾਂਦਾ। ਇਸ ਕਰਕੇ ਯੂ ਹੈਵ ਟੂ ਥਿੰਕ, ਬਟ ਬੈਸਟ ਹੈ ਕਿ ਜਿੰਨੇ ਵੀ ਲੈਣਾ ਹੈਗਾ, ਚਾਹੇ ਉਹ ਯੰਗਸਟਰ ਹੈ, ਚਾਹੇ ਕਪਲ ਹੈ, ਕੋਈ ਵੀ ਹੁੰਦਾ, ਬਹਿ ਕੇ ਸੋਚੋ ਵੀ ਹਾਂ ਅਸੀਂ ਜ਼ਿਆਦਾ ਨਖਰੇ ਨਹੀਂ ਕਰਨੇ, ਜੇ ਆਹ ਨੀ ਕਹਿਣਾ ਵੀ ਜੇ ਸਮੋਸਾ ਖਾ ਰਹੇ ਤੇ ਆਲੂ ਥੋੜੇ ਕੱਚੇ ਸੀਗੇ, ਜੇ ਇੱਥੇ ਥੋੜੀ ਜੀ ਹੋਰ ਮਿਰਚ ਪਾ ਦਿੰਦੇ ਤਾਂ ਸਵਾਦ ਹੋ ਜਾਂਦਾ, ਆਪਾਂ ਇਸ ਥੋੜੀਆਂ ਚੀਜ਼ਾਂ ਨੂੰ ਥੋੜਾ ਛੱਡ ਕੇ ਵੀ ਨੀਡ ਟੂ ਬੀ ਟੂ ਪ੍ਰੈਕਟੀਕਲ ਇਨ ਟੂ ਆਰ ਅਪਰੋਚ। ਇੱਕ ਮੈਂ ਇਹਦੇ ਚ ਚੀਜ਼ ਹੋਰ ਐਡ ਕਰਾਂਗੀ ਕਿ ਜਦੋਂ ਤੁਸੀਂ ਪ੍ਰੋਪਰਟੀ ਵਾਲੀ ਇੱਕ ਸਟੇਜ ਚ ਆਉਂਦੇ ਆ, ਪ੍ਰੋਪਰਟੀ ਲੈਣ ਦੇ ਬਾਰੇ ਸੋਚਦੇ ਆ, ਤੁਸੀਂ ਸੋਚਦੇ ਹੋ ਤੁਸੀਂ ਫਸਟ ਹੋਮ ਬਾਇਰ ਆ,
ਤੁਸੀਂ ਨਾ ਆਪਣੇ ਰੀਅਲ ਸਟੇਟ ਏਜੰਟ ਨੂੰ ਟਰਸਟ ਕਰੋ, ਇਹ ਬਹੁਤ ਜ਼ਰੂਰੀ ਆ। ਟਰਸਟ ਨਹੀਂ ਹੋ ਰਿਹਾ ਜਦ ਤੱਕ ਤੁਸੀਂ ਉਹਨੂੰ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਟਰਸਟ ਜਿਹੜਾ ਜਿਹੜੀ ਹਾਗਲ ਕਹਿਣ ਦੀ ਲੋੜ ਹੀ ਕਿਉਂ ਪਈ? ਇਸ ਕਰਕੇ ਕਿਉਂਕਿ ਕੁਝ ਚੀਜ਼ਾਂ ਪਿੱਛੇ ਵਾਪਰ ਚੁੱਕੀਆਂ ਤੇ ਇਸ ਕਰਕੇ ਲੋਕੀ ਉਹਨਾਂ ਚੀਜ਼ਾਂ ਨੂੰ ਸੋਚਦੇ ਨੇ ਕਿ ਬੇ ਹਾਂ ਬੇ ਸ਼ਾਇਦ, ਕਿਉਂਕਿ ਸਾਡੇ ਬਾਰਫੋਰਡ ਦੇ ਵਿੱਚ ਸਾਡੇ ਜਿਹੜੇ ਆਪਣੇ ਜਿਹੜੇ ਜਿੱਦਾਂ ਹੁਣ ਸਾਡੇ ਮੈਨੇਜਰ ਅਸਿਸਟੈਂਟ ਮੈਨੇਜਰ ਸੋਢੀ ਸਾਹਿਬ ਨੇ ਔਰ ਸਾਡੇ ਮੈਨੇਜਰ ਲੈਂਸ ਨੇ, ਸਾਨੂੰ ਤਾਂ ਉਹਨਾਂ ਦੇ ਸਾਡੇ ਜਿਹੜੇ ਪੇਪਰ ਹੁੰਦੇ ਨੇ ਇਹਨਾਂ ਦੇ ਰਾਹੀਂ ਜਾਂਦੇ ਨੇ, ਸੂਈ ਦੇ ਨੱਕੇ ਚੋਂ ਕੱਢ ਦਿੰਦੇ ਐਗਜ਼ੈਕਟਲੀ। ਤੇ ਇਸ ਕਰਕੇ ਕੁਛ ਨੇ, ਤੇ ਮੇਰੇ ਖਿਆਲ ਇਟਸ ਅ ਬਿਊਟੀਫੁਲ ਵਰਕ ਐਥਿਕਸ, ਇੱਥੇ ਬਹੁਤ ਸੋਹਣੇ ਹੈਗੇ ਨੇ, ਇਨ ਸਾਡੀਆਂ ਜਿਹੜੀਆਂ ਟ੍ਰੇਨਿੰਗਸ ਵੀ ਹੈਗੀਆਂ, ਆਨਗੋਇੰਗ ਟ੍ਰੇਨਿੰਗਸ ਹੈਗੀਆਂ। ਬਸ ਮੈਂ ਉੱਤੇ ਆਉਣ ਲੱਗਾ ਸੀ, ਕਈ ਲੋਕ ਤਾਂ ਅੱਕੇ ਪਏ ਆ ਕਹਿੰਦੇ ਯਾਰ ਟ੍ਰੇਨਿੰਗ ਬਹੁਤ ਕਰਾਉਂਦੇ ਇਹ, ਮੈਂ ਕਿਹਾ ਵੀ ਤੁਹਾਡਾ ਹੀ ਫਾਇਦਾ, ਅਗਲਾ ਵੀ ਟ੍ਰੇਨਿੰਗ ਕਰਾਉਣ ਡਿਆ। ਮਸਟ ਸੇਇੰਗ ਟ੍ਰੇਨਿੰਗਸ ਬਹੁਤ ਵਧੀਆ ਕਰਵਾਉਂਦੇ ਆ, ਕਿ ਤੁਹਾਡੇ ਕੋਲ ਬਹੁਤ ਆਪਸ਼ਨ ਆ, ਤੁਹਾਡੇ ਕੋਲ ਬੜੇ, ਤੁਸੀਂ ਕਿੱਦਾਂ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਆ। ਬਿਲਕੁਲ, ਐਥਿਕਸ ਜਿਹੜੇ ਨੇ ਉਹਨਾਂ ਨੂੰ ਜਾਂ ਨੌਲੇਜ ਨੂੰ ਰਿਫਰੈਸ਼ ਕਰਨਾ, ਵੈਸਟਰਨ ਵਰਲਡ ਨੇ ਬਹੁਤ ਸਾਲ ਪਹਿਲਾਂ ਸਿੱਖ ਲਿਆ ਸੀ, ਸਾਨੂੰ ਐਜ਼ ਅ ਮਾਈਗ੍ਰੈਂਟ ਕਮਿਊਨਿਟੀ ਆਈ ਥਿੰਕ ਇਹਦੀ ਆਦਤ ਪਾ ਲੈਣੀ ਚਾਹੀਦੀ ਹੈ। ਦੂਸਰੀ ਗੱਲ ਹੈ ਨਾ ਕਿ ਜਿਹੜੇ ਬਾਰਫੋਰਡ ਦੇ ਜਿਹੜੇ, ਕਿਉਂਕਿ ਦੇਖੋ ਹਰ ਦਿਨ ਕੋਈ ਨਾ ਕੋਈ ਤੁਹਾਡੇ ਫਾਈਨੈਂਸ ਕਲੋਜ਼ ਚੇਂਜ ਹੁੰਦੇ ਨੇ, ਸਾਡੇ ਜਿਹੜੇ ਅੰਦਰ ਨੇ ਤੁਹਾਡਾ ਇੰਟਰਸਟ ਰੇਟਸ ਐਂਡ ਆਲ, ਹਰ ਜਿਹੜੇ ਪੇਪਰ ਵਰਕ ਹੈ ਬਾਰਫੋਰਡ ਦੀ, ਸਭ ਤੋਂ ਵਧੀਆ ਗੱਲ ਹੈਗੀ ਜੇ ਤੁਸੀਂ ਅਸੀਂ ਬਾਰਫੋਰਡ ਜੁਆਇਨ ਕਰਦੇ ਹਾਂ, ਸਾਡੇ ਸਾਨੂੰ ਕਿੰਨੀ ਸਪੋਰਟ ਹੈਗੀ ਹੈ, ਸਾਡੇ ਕੋਲ ਲਾਇਰ ਦੀ ਸਾਨੂੰ ਕੋਈ ਟੈਨਸ਼ਨ ਨਹੀਂ, ਸਾਡੇ ਕੋਲ ਜਿੰਨੇ ਵੀ ਹੈਗੇ ਸਾਡੇ ਆਫਿਸ, ਜਿੰਨਾ ਮਰਜ਼ੀ ਅਸੀਂ ਪ੍ਰਿੰਟ ਕਰੀਏ ਜੋ ਕਰੀਏ, ਸਾਡੇ ਕੋਲ ਕਿੰਨੇ ਸਾਰੇ ਫਾਇਦੇ ਨੇ। ਜਿੰਨੀ ਮਰਜ਼ੀ ਕਾਫੀ ਪੀਏ, ਨਹੀਂ ਕਾਫੀ ਮੈਂ ਵੈਸੇ ਨਹੀਂ ਪੀਂਦੀ, ਮੈਂ ਸਿਰਫ ਅਦਰਕ ਵਾਲੀ ਚਾਹ ਜਾਂ ਲੱਚੀ ਵਾਲੀ ਚਾਹ ਪੀਂਦੀ। ਚਲੋ ਆਪਾਂ ਕਹਿੰਦੇ ਆ ਗੁਰਬੀਰ ਸੋਢੀ ਜੀ ਨੂੰ ਕਿ ਉਹ ਵੀ ਚੀਜ਼ ਦਾ ਪ੍ਰਬੰਧ ਕੀਤਾ ਜਾਵੇ। ਮੈਂ ਆਨੀ ਬਾਨੀ ਕਹਿ ਦਿੰਦਾ ਹੁੰਦਾ, ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਨਹੀਂ ਇਹਦੇ ਮਤਲਬ ਇਸ ਚੀਜ਼ ਦੀ ਜ਼ਰੂਰਤ ਹੈਗੀ ਆ। ਚੰਗੀ ਗੱਲ ਆ, ਉਹਨਾਂ ਦਾ ਲੰਚ ਦੇਖਣ ਵਾਲਾ ਹੁੰਦਾ, ਕਿਆ ਫਸਟ ਕਲਾਸ ਲੰਚ, ਮੈਂ ਦੇਖਿਆ ਨੀ, ਫਿੱਟ ਬੰਦੇ ਨੇ ਇੱਕਦਮ, ਵਧੀਆ ਗੱਲ, ਬਹੁਤ ਵਧੀਆ ਗੱਲ। ਨਹੀਂ ਸਾਡੇ ਲੈਂਸ ਮੈਨੇਜਰ, ਮਤਲਬ ਐਨੀ ਟਾਈਮ, ਬੈਸਟ ਅਬਾਊਟ ਮਿਸਟਰ ਸੋਢੀ ਐਂਡ ਲੈਂਸਿਸ, ਓਪਨ ਡੋਰ ਪਾਲਿਸੀ, ਜਦੋਂ ਵੀ ਤੁਹਾਨੂੰ ਕੋਈ ਟੈਨਸ਼ਨ ਹੁੰਦੀ ਹੈ ਤੁਸੀਂ ਸਿੱਧਾ ਜਾ ਕੇ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਇਹ ਤੁਹਾਨੂੰ ਹਮੇਸ਼ਾ ਚਾਹੇ ਜਦੋਂ ਮਰਜ਼ੀ ਹੋ ਜਾਏ, ਹਮੇਸ਼ਾ ਤੁਹਾਡੇ ਉੱਤੇ ਸਹਾਇਤਾ ਕਰਨ ਲਈ ਉੱਥੇ ਖੜੇ ਹੁੰਦੇ ਨੇ, ਦੇ ਰੀਲੀ ਵੰਡਰਫੁਲ, ਵੈਰੀ ਗੁੱਡ, ਜਸਟ ਸਪੋਰਟ ਸਿਸਟਮ ਇਨ ਪਲੇਸ ਹੋਣਾ ਚਾਹੀਦਾ ਐਬਸੋਲੂਟਲੀ, ਕਿਸੇ ਵੀ ਪ੍ਰੋਫੈਸ਼ਨ 'ਚ ਤੁਸੀਂ ਹੈਗੇ ਹੋ, ਕਿਉਂਕਿ ਮੈਂ ਦੇਖ ਰਿਹਾ ਸੀ ਜਦੋਂ ਆਪਣੀ ਆਫਿਸ ਗੱਲ ਹੋ ਰਹੀ ਸੀ, ਜੈ ਹੁਣਾਂ ਨੇ ਦੱਸਿਆ ਵੀ ਇਹ ਪਹਿਲਾਂ ਰੀਟੇਲ ਇਨਵਾਇਰਨਮੈਂਟ ਦੇ ਵਿੱਚ ਰਹੇ ਆ, ਤਾਂ ਇਹਨਾਂ ਨੇ ਬਹੁਤ ਲਾਗਿਓਂ ਦੇਖਿਆ ਆਪਣੀ ਕਮਿਊਨਿਟੀ ਨੂੰ, ਆਪਣੇ ਲੋਕਾਂ ਨੂੰ, ਉਹਨਾਂ ਦੇ ਸੁਭਾਅ ਨੂੰ, ਕਿਵੇਂ ਉਹਨਾਂ ਦੇ ਅੰਦਰ ਚੀਜ਼ਾਂ ਵੇਚਣ ਖਰੀਦਣ ਦੀ ਪ੍ਰਵਿਰਤੀ ਜਿਹੜੀ ਆ ਉਹਨੂੰ ਅਸੈਸ ਕਰਨਾ ਸੌਖਾ, ਸਮੈਲ ਕਰਨਾ ਈਜ਼ੀ ਆ, ਹਨਾ। ਸੋ ਜਦੋਂ ਤੁਸੀਂ ਆਪਣੇ ਭਾਈਚਾਰੇ ਤੋਂ ਬਾਹਰਲੀਆਂ ਕਮਿਊਨਿਟੀ ਨੂੰ ਡੀਲ ਕਰਦੇ ਹੋ, ਉਦੋਂ ਤੁਹਾਨੂੰ ਆਬਵੀਅਸਲੀ ਉਹਨਾਂ ਦੇ ਹਾਣੀ ਬਣਨਾ ਪੈਂਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਇਸ ਮੁਲਕ ਦੀ ਖੂਬਸੂਰਤੀ ਆ ਜਿਹੜਾ ਮਲਟੀਕਲਚਰਲਿਜ਼ਮ ਆ, ਬਾਈ ਆਲ ਮੀਨਸ ਅਸੀਂ ਉਹਨੂੰ ਅਕਨੋਲੇਜ ਕਰਦੇ ਹਾਂ, ਚਾਹੇ ਬੰਦਾ ਕਸ਼ਮੀਰੀ ਝੱਗਾ ਪਾ ਕੇ ਫਿਰਦਾ ਹੋਵੇ। ਸਹੀ ਗੱਲ ਆ, ਬਲੀਵ ਇਟ ਔਰ ਨਾਟ, 214 ਡਿਫਰੈਂਟ ਐਥਨਿਕ ਬੈਕਗ੍ਰਾਉਂਡ ਪੀਪਲ, ਐਂਡ ਵੀ ਜਸਟ ਲਵ ਦੈਮ। Yes, and we love them at all the time, and we love all the taste and the, you know, you have language to actually. And everything. There's no other option. This is the Commonwealth setup. ਖੈਰ ਦਿਲ ਕੀ ਗੱਲ ਵੱਖਰੀ ਆ, ਇਹ ਇੱਕ ਗੈਰ ਗੰਭੀਰ ਗੱਲ ਵੀ ਆ ਵੀ ਇਹੀ ਖੂਬਸੂਰਤੀ ਇਹਨਾਂ ਮੁਲਕਾਂ ਦੀ ਵੀ ਇਹਨਾਂ ਨੇ ਸਾਨੂੰ ਰਹਿਣਾ ਬਹਿਣਾ ਕਹਿਣਾ ਤੇ ਸਹਿਣਾ ਸਿਖਾਇਆ। ਮੈਨੂੰ ਨੀ ਲੱਗਦਾ ਵੀ ਤੁਹਾਨੂੰ ਕਿਸੇ ਵੀ ਚੀਜ਼ ਦੀ ਕੋਈ ਪਰੇਸ਼ਾਨੀ ਹੁੰਦੀ ਹੈ, ਕਿ ਜਦੋਂ ਅਸੀਂ ਵਿੱਚ ਗੈਪ ਫਿਲਸ ਕਰ ਦਿੰਦੇ ਹਾਂ ਵੀ ਨਹੀਂ ਚੱਲ ਕੋਈ ਨਾ ਹੋ ਜੂ, ਕੋਈ ਨਾ ਹੋ ਜੂ, ਕੋਈ ਨਾ ਹੋ ਜੇ, ਇਹ ਚੀਜ਼ਾਂ ਨਹੀਂ ਕਰਨੀਆਂ ਸਾਨੂੰ ਚਾਹੀਦੀਆਂ। ਇਸੇ ਕਰਕੇ ਜਿਹੜੇ ਪਿਛੋਕੜ ਦੇ ਵਿੱਚ ਕੁਛ ਗੱਲੂ ਕੁਛ ਘੱਲੂਕਾਰੇ ਹੋਏ ਸੀ, ਕੁਛ ਇਸੇ ਕਰਕੇ ਹੋਏ ਸੀਗੇ ਕਿ ਜਿਹੜੇ ਪੇਪਰ ਵਰਕ ਨੀ ਆਪਾਂ
ਪ੍ਰੋਪਰ ਕੀਤਾ ਸੀਗਾ। ਸੋ ਦੋਨੇ ਪਾਰਟੀਆਂ ਪ੍ਰੋਫੈਸ਼ਨਲੀ ਮੈਚੁਰ ਹੋਣੀਆਂ ਚਾਹੀਦੀ। ਐਬਸੋਲੂਟਲੀ। ਹੁਣ ਚਾਹੇ ਮੈਂ ਤੁਹਾਨੂੰ ਜਾਣੀ ਪਰ ਕੱਲ ਮੈਂ ਜੇ ਤੁਹਾਨੂੰ ਕੋਈ ਘਰ ਵੇਚਣਾ ਜਾਂ ਖਰੀਦਣਾ ਤਾਂ ਮੈਂ ਡੈਫੀਨਿਟਲੀ ਆਈ ਵਿਲ ਯੂ ਨੋ ਫੋਲੋ ਆਲ ਮਾਈ ਪ੍ਰੋਟੋਕਾਲਸ। ਦੱਸਣਾ ਮੈਂ ਭਾਈ ਇਹ ਲੀਕੀ ਹੋਵਾਂ ਮੇਰਾ ਅਖਬਾਰ ਚ ਛਾਪ ਜਾਣਾ। ਨਹੀਂ ਨਹੀਂ ਪੱਕਾ ਜੀ ਪੱਕਾ, ਇਹ ਤਾਂ ਸਾਰੀਆਂ ਚੀਜ਼ਾਂ ਦੱਸ ਦਿੰਦੇ ਹੁੰਦੇ ਆ। ਬਾਰਫੁੱਟ ਦੀ ਐਕਚੁਅਲੀ ਇਹ ਵੀ ਖਾਸੀਅਤ ਆ ਕਿ ਬਾਰਫੁੱਟ ਦੇ ਵਿੱਚ ਨਾ ਸਾਡੇ ਕੋਲ ਸਾਰੇ ਜਿੰਨੇ ਵੀ ਏਜੰਟਸ ਅਕ੍ਰੋਸ ਦਾ ਹੋਲ ਕੰਟਰੀ ਕੰਮ ਕਰਦੇ ਆ, ਸਾਡੇ ਕੋਲ ਇੱਕੋ ਹੀ ਐਪ ਆ। ਸੋ ਇਟਸ ਵਨ ਸਟਾਪ shop, I would say. And you can't go wrong. You can't go wrong. The system badeya. Koi bhi property ka disclaimer, it's all there. Very good. Dusra hai ki aida bada showroom hai, it's across the whole country. Je tusi ghar vechan layi laya, jay ne laya, unhan ne kisi ne vi laya hega, te we have the authority ki assi ja ke onu vech vi sakde ha. So tade ko zyada options hunde ne if you select barfoot. So main dekh sakda ki tusi donne bahut anand le rahe ha. Absolutely maze aa rahe ne kyunki vadhiya, kyunki mainu lag raha siga ki safar jadon pichli vaar jadon tusi mera interview leta siga, par hun bada anand aa rahe kyunki hun meri dusri property vi badi cheti mere kole safte fir aa jayegi. So we are getting on to that, you know. Once again, ਇਹ ਦੋਨੇ ਜਿਹੜੀਆਂ ਪ੍ਰੋਪਰਟੀਆਂ ਨੇ 1/9 ਪਲਮਲੀ ਕ੍ਰੈਸੈਂਟ ਮੈਂਗਰੀ ਦੇ ਵਿੱਚ ਫੋਰ ਸੇਲ ਬਾਏ ਨੈਗੋਸ਼ੀਏਸ਼ਨ। ਦੋ ਬੈਡਰੂਮ ਹੈ ਜੀ, ਇੱਕ ਬਾਥਰੂਮ ਆ ਤੇ ਇੱਕ ਗਰਾਜ ਆ। ਓਪਨ ਹੋਮਸ ਇਸ ਸ਼ਨੀਵਾਰ ਤੇ ਐਤਵਾਰ ਨੂੰ ਹੋਣਗੇ 11 ਵਜੇ ਤੋਂ ਲੈ ਕੇ 11:30 ਵਜੇ ਤੱਕ, ਤੇ ਫਿਰ ਐਤਵਾਰ ਨੂੰ 11 ਵਜੇ ਤੋਂ ਲੈ ਕੇ 11:30 ਵਜੇ ਤੱਕ। ਇਹਦੇ ਲਈ ਤੁਸੀਂ ਵਿਊਇੰਗ ਵਾਸਤੇ ਰਿਕੁਐਸਟ ਕਰ ਸਕਦੇ ਹੋ। ਜਿਹੜੇ ਨੰਬਰਸ ਨੇ ਉਹ ਤੁਸੀਂ ਸਕਰੀਨ ਦੇ ਉੱਤੇ ਦੇਖ ਲਏ ਹੋਣਗੇ। ਜੇਕਰ ਉਹਨਾਂ ਨੂੰ ਤੁਸੀਂ ਪਾਪਟੋਈ ਬ੍ਰਾਂਚ ਦੇ ਵਿੱਚ 02-694-1542 ਦੇ ਉੱਤੇ, ਅਤੇ ਜਾਂ ਫਿਰ ਤੁਸੀਂ ਇੰਦਰਜੀਤ ਬਾਜਵਾ ਹੁਣਾਂ ਨੂੰ ਰੈਜ਼ੀਡੈਂਸ਼ੀਅਲ ਸੇਲਸ ਦੇ ਤੌਰ ਤੇ ਯਾਦ ਕਰ ਸਕਦੇ ਹੋ। ਮੈਂ ਯਾਦ ਕਰਾ ਦਿਆਂ ਕਿ ਇਹਨਾਂ ਦਾ ਜਿਹੜਾ ਫੋਨ ਨੰਬਰ ਹੈ ਜੀ, ਉਹ ਵੀ ਬਹੁਤ ਸਖਾਲਾ ਜਿਹਾ ਨੰਬਰ ਆ, 02-127-8136 ਦੇ ਉੱਤੇ, ਅਤੇ ਇਹਨਾਂ ਦੇ ਨਾਲ ਤੁਸੀਂ ਦੋਨਾਂ ਦੇ ਨਾਲ ਕਦੇ ਵੀ ਗੱਲ ਕਰ ਸਕਦੇ ਹੋ। ਦੂਸਰੀ ਜਿਹੜੀ ਪ੍ਰੋਪਰਟੀ ਜਿਹਦੀ ਅਸੀਂ ਚਰਚਾ ਕਰ ਰਹੇ ਸੀ 1/1 ਸਟਨ ਕ੍ਰੈਸੈਂਟ ਪਾਪਟੋਈ ਟੋਏ, ਜਿਹੜਾ ਕਿ ਹੰਟਸ ਕੋਰਨਰ ਦਾ ਇਲਾਕਾ, ਬਿਲਕੁਲ ਕੋਰਨਰ ਦੇ ਉੱਤੇ ਪ੍ਰੋਪਰਟੀ ਆ, ਅਤੇ ਇਹ 7,98,000 ਦੀ ਹਾਲ ਦੀ ਘੜੀ। ਇਹਦੇ ਉੱਤੇ ਵੀ ਸੌਦੇਬਾਜ਼ੀ ਕਰ ਲੈਣੀ ਇਹਨਾਂ ਨੇ, ਮੈਨੂੰ ਪੱਕਾ ਪਤਾ। ਦੋ ਬੈਡਰੂਮ, ਇੱਕ ਬਾਥਰੂਮ, ਇੱਕ ਲਾਊਂਜ ਵੀ ਹੈ ਜੀ ਉਹਦੇ ਵਿੱਚ, ਅਤੇ ਇੱਕ ਗਰਾਜ ਆ। ਦਿਨ ਸ਼ਨੀਵਾਰ 12:30 ਤੋਂ 1 ਵਜੇ ਤੱਕ, ਅਤੇ ਐਤਵਾਰ ਨੂੰ 12:30 ਤੋਂ ਲੈ ਕੇ 1 ਵਜੇ ਤੱਕ ਇਹਨਾਂ ਨੇ ਝੰਡੇ ਗੱਡ ਦੇਣੇ ਉੱਥੇ। ਮਤਲਬ ਉਧਰੋਂ ਝੰਡੇ ਪੱਟ ਕੇ ਤੇ ਫਿਰ ਇੱਧਰ ਗੱਡ ਦੇਣੇ, ਬਸ ਜੀ ਪੱਕਾ। ਘਰ ਵਾਲਾ ਪਿੱਛੇ ਭੱਤਾ ਲੈ ਕੇ ਆਉਂਦਾ ਵੱਟੋ ਵੱਟੀ। ਮੈਂ ਤੈਨੂੰ ਆਸੇ ਦੀ ਗੱਲ ਦੱਸਾਂ, ਮੈਂ ਤੇ ਫਲੈਟਬਰਸ ਦੇ ਵਿੱਚ ਓਪਨ ਹੋਮ ਕਰ ਰਹੀ ਸੀਗੀ, ਉਦੋਂ ਹਨੇਰੀ ਬਹੁਤ ਸੀਗੀ, ਤੇ ਮੈਂ ਆਪਣਾ ਝੰਡਾ ਜਿਹਾ ਲਾਇਆ ਉੱਤੇ, ਤੇ ਉਹ ਇੱਕ ਸਟਿਕ ਹੁੰਦੀ ਹੈ ਉੱਤੇ, ਐਲ ਸ਼ੇਪ ਆਮ ਹੁੰਦੀ ਹੈ, ਤੇ ਉੱਥੇ 2-3 ਬੰਦੇ ਦੇਖਣ ਆਏ, ਤੇ ਕੀ ਹੋਇਆ ਕਿ ਮੇਰਾ ਇੰਨੀ ਹਨੇਰੀ ਸੀਗੀ ਕਿ ਝੰਡਾ ਉੱਡ ਗਿਆ, ਤੇ ਉਹ ਜਿਹੜੀ ਆਮ ਸੀ ਡਿੱਗ ਗਈ, ਤੇ ਉਹ ਆਮ ਬੰਦਾ ਜਿਹੜਾ ਸੀ ਜਿਹੜੇ ਉੱਤੇ ਸੀ ਲੋਹੇ ਵਾਲਾ, ਉਹ ਸਰੀਆ ਲੈ ਗਿਆ, ਤੇ ਮੈਂ ਮਤਲਬ ਪਾਇਆ ਆਪਣਾ ਸਾਰਾ ਸਮਾਨ ਸਮਝਿਆ, ਤੇ ਚਲੋ ਜੀ ਘਰ ਆ ਗਏ, ਤੇ ਉਹਦੇ ਬਾਅਦ ਮੈਂ ਅਗਲੇ ਦਿਨ ਫਿਰ ਜਾਣਾ ਸੀ, ਮੈਂ ਲੱਭੀ ਜਾਵਾਂ ਕਿੱਥੇ ਹੈ, ਉਹ ਪਤਾ ਚੱਲਿਆ ਕਿ ਜਿਹੜਾ ਬੰਦਾ ਘਰ ਦੇਖਣਾ ਸੀ ਉਹ ਮੇਰਾ ਜਿਹੜਾ ਅਗਲਾ ਆਮ ਸੀਗਾ ਉਹ ਚੱਕ ਕੇ ਲੈ ਗਿਆ। ਇਸ ਕਰਕੇ ਹਜੇ ਮੇਰਾ ਜਿਹੜਾ ਝੰਡਾ ਵਿਚਾਰਾ ਅੱਜ ਕੱਲ ਲੱਗਦਾ ਨੀ ਹੈਗਾ, ਮੈਨੂੰ ਆਰਡਰ ਕਰਨਾ। ਕੋਈ ਨੀ, ਸੋਡੀ ਸਾਹਿਬ ਨੂੰ ਕਹਿ ਕੇ ਦਵਾਨੇ ਦਾ ਆਵਾਂ, ਕੋਈ ਐਸੀ ਗੱਲ ਨਹੀਂ, ਉਹਨਾਂ ਦਾ ਦਿਲ ਬਹੁਤ ਬਹੁਤ ਵੱਡਾ। ਨਹੀਂ ਇਸ ਇਜ਼ ਅ ਲਵਲੀ ਪਰਸਨ, ਏਵਰੀਬਾਡੀ ਇਜ਼ ਵੈਰੀ ਨਾਈਸ, ਇਹੀ ਕਹਿ ਕੇ ਗੁਜ਼ਾਰੇ ਹੋਣੇ ਹੁਣ, ਨਹੀਂ ਤਾਂ ਮਿਲਣਾ ਕੱਖ ਨਹੀਂ। ਨਹੀਂ ਨਹੀਂ ਇਜ਼ ਵੈਰੀ ਨਾਈਸ, ਨਹੀਂ ਨਹੀਂ ਸਾਡੀ ਐਡਮਿਨਿਸਟ੍ਰੇਸ਼ਨ ਟੀਮ ਵੀ। ਦੂਸਰਾ ਮੈਂ ਕਹਿਣਾ ਚਾਹਾਂਗੀ ਭਾਈ, ਥੈਂਕ ਯੂ ਕਰਦੇ ਹਾਂ ਅਸੀਂ, ਚਲੋ ਹਾਸਾ ਤਾਂ ਪਾਪ ਨਹੀਂ ਤਾਂ। ਹਾਂਜੀ, ਦੂਸਰਾ ਮੈਂ ਕਹਿਣਾ ਚਾਹਾਂਗੀ ਕਿਉਂਕਿ ਇੰਦਰਜੀਤ ਬਾਜਵਾ ਦਾ ਸੁਭਾਅ ਥੋੜਾ ਚੰਚਲ ਆ ਬਚਪਨ ਦੇ, ਇਹ ਥੋੜਾ ਹਾਸਾ ਟੱਪਾ ਜ਼ਿਆਦਾ ਕਰ ਲੈਂਦੇ ਆ। ਮੈਂ ਬਹੁਤ ਸੀਰੀਅਸ ਹਾਂ, ਮੈਂ ਕੋਈ ਇਦਾਂ ਦੀ ਗੱਲ ਨਹੀਂ ਕਰਨੀ, ਤੁਸੀਂ ਮੈਂ ਬਹੁਤ ਪ੍ਰੋਫੈਸ਼ਨਲ ਜਿਹੜੀਆਂ ਹਸਤੀਆਂ ਸਾਡੇ ਕੋਲ ਬੈਠੀਆਂ ਹੋਈਆਂ, ਤੇ ਇਹਨਾਂ ਦੀ ਗੱਲਬਾਤ ਜਿਹੜੀ ਆ, ਇਹਨਾਂ ਦੀ ਡਿਟੇਲ ਜਿਹੜੀਆਂ ਉਹ ਸਕਰੀਨ ਦੇ ਉੱਤੇ ਲੈ ਆਉਂਦੀਆਂ ਜੀ। ਸੋ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰਨਾ, ਖਾਸ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ
ਕੁਝ ਹੋਰ ਪ੍ਰੋਪਰਟੀਜ਼ ਨੇ ਜਿਹੜੀਆਂ ਉਹ ਵੀ ਜ਼ਰੂਰ ਮਾਰਕੀਟ ਦੇ ਵਿੱਚ ਆਉਣਗੀਆਂ। ਮੈਂ ਵੀ ਉਮੀਦ ਕਰਦਾ ਕਿ ਰੀਅਲ ਸਟੇਟ ਏਜੰਸੀਜ਼ ਦੇ ਨਾਲ ਨਾਲ ਹੋਰ ਬਹੁਤ ਸਾਰੇ ਅਦਾਰੇ ਜਿਹੜੇ ਮੁਲਕ ਦੇ ਵਿੱਚ ਇਸ ਇੰਤਜ਼ਾਰ ਦੇ ਵਿੱਚ ਨੇ ਕਿ ਜਿਹੜਾ ਸਾਈਕਲ ਆ ਇਕਨੋਮੀ ਦਾ ਉਹਦੇ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੋ ਰਹੇ ਨੇ, ਲੇਕਿਨ ਆਪਾਂ ਨੂੰ ਸਾਰਿਆਂ ਨੂੰ ਪੇਸ਼ੈਂਸ ਰੱਖਣ ਦੀ ਲੋੜ ਆ, ਸਬਰ ਸੰਤੋਖ ਨਾਲ ਆਪਾਂ ਅੱਗੇ ਵਧੀਏ। ਤੇ ਜਿਹੜੇ ਨਵੇਂ ਘਰ ਖਰੀਦਣ ਵਾਲੇ ਸੱਜਣਾ ਉਹਨਾਂ ਦੇ ਲਈ ਤਾਂ ਇਹ ਚੰਗਾ ਟਾਈਮ ਆ, ਉਹ ਕਿਰਪਾ ਕਰਕੇ ਜ਼ਰੂਰ ਮਕਾਨ ਆਪਣਾ ਖਰੀਦ ਲੈਣ। ਜੇਕਰ ਜੀ ਆਖਰ 'ਚ ਆਪਣੇ ਭੈਣਾਂ ਭਰਾਵਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ, ਮੇਰਾ ਸਭ ਨੂੰ ਇਹੀ ਲਾਸਟ ਕਹਿ ਲਓ ਕਿ ਕਹਿਣ ਦਾ ਮੋਟਿਵ ਹੋਏਗਾ ਕਿ ਤੁਸੀਂ ਕੋਈ ਵੀ ਤੁਹਾਡੀ ਰਿਕੁਆਇਰਮੈਂਟ ਹੈ, ਕਿਤੇ ਵੀ ਤੁਹਾਨੂੰ ਕਨਫਿਊਜ਼ਨ ਆ, ਡੂ ਨਾਟ ਹੈਸੀਟੇਟ, ਆਸਕ ਐਂਡ ਜ਼ਰੂਰ ਕੁਐਸਚਨ ਪੁੱਛੋ। ਜਿੰਨੇ ਵੀ ਤੁਹਾਡੇ ਕੁਐਸਚਨ ਨੇ ਜ਼ਰੂਰ ਪੁੱਛੋ ਆਪਣੇ ਕੁਐਸਚਨ, ਜਦ ਤੱਕ ਤੁਹਾਡਾ ਮਾਇੰਡ ਕਲੀਅਰ ਨਹੀਂ ਹੋਏਗਾ ਤੁਸੀਂ ਅੱਗੇ ਨਹੀਂ ਵੱਧ ਸਕਦੇ। ਤੁਸੀਂ ਇੱਕ ਦੂਜੇ ਨਾਲ ਹੈਸੀਟੇਟ ਹੋ ਕੇ ਘਰੇ ਆ ਗਏ ਪਰ ਤੁਹਾਡੇ ਮਨ ਚ ਕੁਐਸਚਨ ਨੇ, ਤੁਸੀਂ ਅੱਗੇ ਵੱਧ ਨਹੀਂ ਸਕਦੇ। ਸੋ ਆਪਣੇ ਡਿਸੀਜਨ ਜਿੰਨੇ ਵੀ ਕੁਐਸਚਨ ਨੇ ਆਪਣੇ ਕਲੀਅਰ ਕਰਕੇ ਆਵੋ, ਆਪਣੇ ਰੀਅਲ ਸਟੇਟ ਏਜੰਟ ਨਾਲ ਜਿਹਨਾਂ ਨਾਲ ਤੁਸੀਂ ਕੰਮ ਕਰ ਰਹੇ ਆ ਪਹਿਲਾਂ ਉਹਨਾਂ ਨੂੰ ਫੇਅਰ ਚਾਂਸ ਦਿਓ, ਉਹਨਾਂ ਦੇ ਨਾਲ ਕਹਿ ਲਓ ਕਿ ਯਕੀਨ ਰੱਖੋ ਉਹਨਾਂ ਤੇ, ਤੁਹਾਡਾ ਬਹੁਤ ਜ਼ਰੂਰੀ ਆ ਉਹਨਾਂ ਦੇ ਉੱਤੇ ਯਕੀਨ ਹੋਣਾ। ਤੁਸੀਂ ਉਹਨਾਂ ਨੂੰ ਆਪਣੀਆਂ ਰਿਕੁਆਇਰਮੈਂਟਸ ਦੱਸੋ, ਡੈਫੀਨੇਟਲੀ ਦੇ ਵਿਲ ਹੈਲਪ ਯੂ ਐਂਡ ਵੀ ਆਰ ਆਲ ਦੇਅਰ। ਤੁਹਾਨੂੰ ਸਾਡੇ ਵੱਲੋਂ ਕੋਈ ਹੈਲਪ ਚਾਹੀਦੀ ਆ, ਜਸਟ ਗਿਵ ਅਸ ਏ ਕਾਲ, ਸਾਡੇ ਨੰਬਰ ਤੁਸੀਂ ਦੱਸ ਹੀ ਦਿੱਤੇ ਨੇ, ਵੀ ਆਰ ਮੋਰ ਦੈਨ ਹੈਪੀ ਟੂ ਹੈਲਪ। Well said. Thank you very much. ਏਸੀ ਦੁਆਬੇ ਵਾਲੇ ਜਿਹੜੇ ਵਿਚਕਾਰ ਨੂੰ ਗੱਬੇ ਕਹਿੰਦੇ ਆ, ਤੇ ਹੁਣ ਆਪਾਂ ਯੂਪੀ ਵਾਲੇ ਜੱਟਾਂ ਨਾਲ ਗੱਲ ਕਰਦੇ ਆ, ਤੁਸੀਂ ਦੱਸੋ ਜੀ ਕੀ ਕਹਿਣਾ ਚਾਹੁੰਦੇ ਆ? ਅਸੀਂ ਇਹ ਕਹਾਂਗੇ, ਇੱਕ ਤਾਂ ਤੁਸੀਂ ਮੈਨੂੰ ਫਸਾਈ ਜਾ ਰਹੇ, ਮੈਂ ਇਹ ਕਹਾਂਗੀ ਕਿ ਅਸੀਂ ਤੇ ਕਿਉਂ ਉਹਨੂੰ ਕੇ ਕਹਿੰਦੇ ਆ, ਪਿਓ ਨੂੰ ਪੇ ਕਹਿੰਦੇ ਆ। ਜੀ ਹਾਂ, ਤਾਂ ਫਿਰ ਕੀ ਹੋ ਗਿਆ, ਸਾਰਾ ਵਧੀਆ ਨਾ ਜੀ, ਫਸਟ ਕਲਾਸ ਆ ਨਾ ਜੀ। ਸਾਨੂੰ ਫਖਰ ਹੋਣਾ ਚਾਹੀਦਾ ਅਸੀਂ ਜੇ ਦੁਆਬੀ ਹੈਗੇ ਆ। ਮੈਂ ਆਪ ਜੀ ਨੂੰ ਕਹਾਂਗੀ ਕਿ ਅਸੀਂ ਹਮੇਸ਼ਾ ਅਸੀਂ ਇੱਥੇ ਦਫ਼ਤਰ ਛੱਡਣਾ ਜਦੋਂ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ। ਤੁਸੀਂ ਜੇ ਸੋਚਦੇ ਹੋ ਵੀ ਹਾਂ ਸਾਨੂੰ ਇੰਗਲਿਸ਼ ਦੀ ਕੋਈ ਗੱਲ ਨਹੀਂ, ਮੈਂ ਔਰ ਜੇ ਉੱਥੇ ਹੈਗੇ ਆ, ਜਦੋਂ ਮਰਜ਼ੀ ਆ ਜਾਓ, ਪੰਜਾਬੀ ਚ ਠੋਕ ਕੇ ਗਲਾਂ, ਜਦੋਂ ਠੋਕ ਕੇ ਆਓ ਜੀ, ਅਸੀਂ ਕਹੋ ਜੀ ਇੰਦੂ ਪਾਚਾ ਨੂੰ ਮਿਲਣਾ, ਜੈ ਨੂੰ ਮਿਲਣਾ, ਸੋਡੀ ਸਾਹਿਬ ਨੂੰ ਮਿਲਣਾ, ਸਾਰੇ ਪੰਜਾਬੀ ਬੋਲਦੇ ਆ, ਔਰ ਇਹ ਬੜਾ ਫਖਰ ਦੀ ਗੱਲ ਹੈ। ਹੁਣ ਤੋਂ ਕੁਝ ਸਾਲ ਪਹਿਲਾਂ ਤੁਸੀਂ ਸੋਚਿਆ ਸੀ ਵੀ ਇਦਾਂ ਹੋਣਾ ਵੀ ਇੱਕ ਪੱਗ ਵਾਲਾ ਬੰਦਾ ਉੱਥੇ ਜਦੋਂ ਮੈਨੇਜਰ ਦੇ ਤੌਰ ਤੇ ਬੈਠਾ? ਤੁਸੀਂ ਦੇਖੋ ਜਦੋਂ ਕਿੰਨੀ ਵੱਡੀ ਗੱਲ ਹੈ, ਬੜੀ ਬਹੁਤ ਵੱਡੀ ਗੱਲ ਆ ਕਿ ਹੁਣ ਤੁਸੀਂ ਦੇਖੋ ਕਿ ਸਭ ਜਾਣਦੇ ਨੇ ਵੀ ਸਿੱਖ ਕੀ ਚੀਜ਼ ਹੈ, ਪੰਜਾਬੀ। ਹੁਣ ਸਾਰੇ ਜਦੋਂ ਦੇਖੋ ਜਿੰਨੇ ਵੀ ਮਿਨਿਸਟਰ ਨੇ ਸਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਸਲਾਮ ਵਾਲੇਕੁਮ ਸਾਰੇ ਕਰਦੇ ਨੇ। ਡਾਕਟਰ ਕੰਕਰ ਬੈਬਾ ਜਸਟਿਸ ਦੇ ਸਪੋਕਸ ਪਰਸਨ ਨੇ ਅਪੋਜੀਸ਼ਨ ਪਾਰਟੀ ਦੇ, ਹੀ ਇਜ਼ ਮੈਂਬਰ ਪਾਰਲੀਮੈਂਟ ਫਰੋਮ ਕ੍ਰਾਈਸਟਚਰਚ ਸੈਂਟਰਲ, ਤੇ ਉਹ ਉਹਨਾਂ ਦੇ ਨਾਲ ਮੈਂ ਪਿਛਲੇ ਮੰਗਲਵਾਰ ਲਾਈਵ ਟਾਕ ਕਰ ਰਿਹਾ ਸੀ ਰੇਡੀਓ ਦੇ ਉੱਤੇ। ਸੰਕੋਚ ਨਹੀਂ ਕਰੋ, ਸਾਡੇ ਕੋਲ ਜਦੋਂ ਮਰਜ਼ੀ ਆਓ, ਅਸੀਂ ਆਪ ਜੀ ਦੀ ਸੇਵਾ ਵਾਸਤੇ ਹਮੇਸ਼ਾ ਹਾਜ਼ਰ ਹੈਗੇ। ਥੈਂਕ ਯੂ ਵੈਰੀ ਮੱਚ, ਇੰਨੀ ਪੋਲੀ ਪੋਲੀ ਪੰਜਾਬੀ ਦੇ ਵਿੱਚ ਇੰਨੇ ਠੋਕਵੇਂ ਸੰਦੇਸ਼ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। 5 ਤੋਂ 6 ਮੇਰਾ ਫਿਰ ਪ੍ਰੋਗਰਾਮ ਹੈ ਲੋ ਜ਼ਿੰਦਗੀ ਅੱਜ ਮੰਡੇ। ਹੁਣ ਤੁਸੀਂ ਮੇਰੇ ਬਾਰੇ ਕੋਈ ਗੱਲ ਨਹੀਂ ਕਰਨੀ, ਠੀਕ ਹੈ? ਪਾਪ ਲੱਗੂਗਾ। ਮੈਂ ਇਹ ਕਹਿਣਾ ਜੀ ਕਿ ਜੀ ਮਾਫ਼ ਕਰਨਾ ਜੇ ਤੁਹਾਨੂੰ ਬੁਰਾ ਲੱਗਿਆ ਤੇ, ਠੀਕ ਹੈ? ਜੇ ਕੋ ਭੁੱਲ ਚੁੱਕ ਹੋ ਗਈ ਹੋਵੇ ਤੇ ਮਾਫ਼ ਕਰ, ਖਿਮਾ ਯਾਚਨਾ। ਹਾਏ ਹਾਏ, ਧੰਨਵਾਦ ਜੀ ਤੁਹਾਡਾ। ਸਾਡੇ ਤਿੰਨਾਂ ਵੱਲੋਂ ਜੇ ਕੋਈ ਵੀ ਗੱਲ ਇਦਾਂ ਦੀ ਕਹਿ ਹੋ ਗਈ ਹੋਵੇ, ਸਾਡੀ ਕੋਈ ਵੀ ਮਨਸ਼ਾ ਜਿਹੜੀ ਗਲਤ ਨਹੀਂ ਸੀ, ਪਰ ਕਈ ਵਾਰੀ ਨਾ ਹਾਸੇ ਠੱਠੇ 'ਚ ਗੱਲਾਂ ਕਹਿ ਹੋ ਜਾਂਦੀਆਂ। ਜਿਵੇਂ ਇੱਕ ਵਾਰ ਮੈਂ ਮਾਸਟਰ ਜੀ ਕੋਲੋਂ ਇੰਨੀ ਗੱਲ ਪਿੱਛੇ ਗਲਤੀ ਕਰਕੇ ਵੀ ਕੁੱਟਖਾਣੋਂ ਬਚ ਗਿਆ। ਸਾਡੇ ਇੱਕ ਟੀਚਰ ਸੀਗੇ ਰਤਨ ਚੰਦ ਜੀ, ਸਾਡੇ ਬਹੁਤ ਸਤਿਕਾਰਯੋਗ ਟੀਚਰ ਸੀਗੇ, ਪਰ ਅਸੀਂ ਉਦੋਂ ਬਚਪਨੇ 'ਚ ਉਹਨਾਂ ਦਾ ਛੇੜ ਪਾਈ ਹੋਈ ਸੀ, ਕ੍ਰੋਧੀ, ਗੁੱਸਾ ਬਹੁਤ ਆਉਂਦਾ ਸੀ ਉਹਨਾਂ ਨੂੰ ਨਾ, ਤੇ ਉਹ ਤੂਤ ਵਾਲੀ ਚਿੱਠੀ ਜਿਹੜੇ ਬੰਦੇ ਤੋਂ ਮੰਗਾਉਣੀ ਉਹਦੇ ਤੇ ਪਾਉਂਦੇ ਹੁੰਦੇ ਸੀ ਉਹ। ਮੈਨੂੰ ਪਤਾ ਲੱਗ ਗਿਆ ਵੀ ਹੁਣ ਮੇਰੀ ਪੇਸ਼ੀ ਉਹਨਾਂ ਦੇ ਕੋਲ ਪਹਿਲਾਂ ਪਤਾ ਲੱਗ ਜਾਂਦਾ ਹੋਣਾ ਵੀ ਕਿਹਦੀ ਪੇਸ਼ੀ ਹੈ। ਇੰਡੀਆ ਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਲੱਗਾ ਆਇਆ ਸੀ ਤੇ ਮੈਂ ਚੋਰੀ ਪਿਛਲਾ ਦਰਵਾਜ਼ਾ ਟੱਪ ਕੇ ਗੇਟ ਤੇ ਮੈਂ ਮੈਚ ਦੇਖਣ ਚਲਾ ਗਿਆ ਗੁਆਂਢੀਆਂ ਦੇ। ਮੁੜ ਕੇ ਜਦੋਂ ਮੁੜ ਕੇ ਆਇਆ ਨਾ, ਉਹਨਾਂ ਨੇ ਨਿਗਾਹ ਰੱਖੀ ਵੀ ਪਿੱਛੋਂ ਆ ਕੇ ਅੰਦਰ ਵੜਿਆ, ਵੀ ਇਹ ਤਾਂ ਸੀਗਾ ਹੀ ਨਹੀਂ ਜਦੋਂ ਮੈਂ ਕਲਾਸ 'ਚ ਆਇਆ ਨਾ। ਮੈਨੂੰ ਕਹਿੰਦੇ ਵੀ ਉਹ ਸਾਹਮਣੇ ਤੂਤ ਨਾ ਲਹਿਰੀ ਜਿਹੀ ਛਿੱਟੀ ਲਾ ਕੇ ਲਿਆ। ਅੱਛਾ, ਮੈਂ ਲੈ ਆਇਆ, ਮੈਂ ਕੋਈ
ਆਪਣੇ ਚਿਹਰੇ ਤੇ ਸ਼ਿਕਨ ਨਹੀਂ ਆਉਣ ਦਿੱਤੀ। ਮੈਂ ਬੜੇ ਮਾਣ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਉਹ ਲਿਆ ਕੇ ਚਿੱਠੀ ਉਹਨਾਂ ਨੂੰ ਐਨ ਸੌਂਪੀ। ਮੈਨੂੰ ਕਹਿੰਦੇ ਕਾਕਾ ਤੈਨੂੰ ਪਤਾ ਤੂੰ ਗਲਤੀ ਕੀਤੀ ਆ। ਮੈਂ ਦੋਨੇ ਹੱਥ ਜੋੜ ਕੇ ਖੜ ਗਿਆ, ਮੈਂ ਕਿਹਾ ਜੀ ਮੈਂ ਗਲਤੀ ਕੀਤੀ ਨੀ, ਮੇਰੇ ਤੋਂ ਗਲਤੀ ਹੋ ਗਈ। ਕਹਿੰਦੇ ਤੂੰ ਲੱਭ ਜਾਂਦਾ ਹੇਰ ਫੇਰ ਕਰਕੇ ਬਾਅਦ ਗਿਆ, ਤੇਰਾ ਬਜਾਂਤਰ ਵਾਹੁਣਾ ਸੀ। ਸੋ ਇਸ ਕਰਕੇ ਸਾਡੇ ਤਿੰਨਾਂ ਦੇ ਲਫ਼ਜ਼ਾਂ ਦੇ ਹੇਰ ਫੇਰ ਦੇ ਵਿੱਚ ਜੇ ਕਿਸੇ ਨੂੰ ਕੋਈ ਗੱਲ ਨਾ ਚੰਗੀ ਲੱਗੀ ਹੋਵੇ ਤਾਂ ਉਹਦੇ ਲਈ ਅਸੀਂ ਮਾਫ਼ੀ ਮੰਗਦੇ ਹਾਂ। ਲੇਕਿਨ ਤੁਸੀਂ ਮਕਾਨ ਜਿਹੜਾ ਇਹਨਾਂ ਤੋਂ ਜ਼ਰੂਰ ਲੈ ਲੈਣਾ। ਕੁਲਵੰਤ ਸਿੰਘ ਖੈਰਾਬਾਦੀ ਨਿਊਜ਼ੀਲੈਂਡ ਵਾਲੇ ਕਹਿੰਦੇ ਵੀ ਬਹੁਤ ਸੋਹਣਾ ਤੁਹਾਡੀ ਗੱਲਬਾਤ, ਬਹੁਤ ਪਸੰਦ ਆਈ ਸਾਨੂੰ। ਦਿਆਲ ਸਿੰਘ ਖੋਸਾ ਜੀ ਕਹਿੰਦੇ ਵੈਰੀ ਨਾਈਸ ਵਰਕ, ਤੇ ਸੁਖਵੰਤ ਸਿੰਘ ਹੁਣੀ ਕਹਿੰਦੇ ਐਡੀਲੇਡ ਤੋਂ ਇਹ ਛੱਡੀ ਵਾਲੀ ਗੱਲ ਬਿਲਕੁਲ ਮੇਰੇ ਨਾਲ ਵੀ ਹੋਈ ਸੀ, ਪਰ ਗੱਲ ਇਹ ਆ ਵੀ ਤੁਸੀਂ ਦੋਨਾਂ ਨੇ ਦੱਸੀ ਨੀ, ਮੈਂ ਦੱਸ ਤੀ ਨਿਸ਼ਾਨ ਹੋ ਗਿਆ। ਬੰਦਾ ਘੱਟੋ ਘੱਟ ਆਪਣੇ ਪਿਆਰਾਂ ਦੀ ਕਚਹਿਰੀ ਦੇ ਵਿੱਚ ਖੁੱਲ ਕੇ ਗੱਲ ਕਰਨ ਵਾਲਾ ਹੋਣਾ ਚਾਹੀਦਾ। ਦੁੱਖ ਸੁੱਖ ਅਸੀਂ ਆਪਣੇ ਪਿਆਰਾਂ ਨਾਲ ਹੀ ਕਰਨੇ, ਹੋਰ ਕਿਹਨਾਂ ਕਰਨੇ ਆ। ਤੁਸੀਂ ਇੰਨੇ ਹੁਸ਼ਿਆਰ ਸੀ, ਮੈਂ ਤੁਹਾਨੂੰ ਪਹਿਲਾਂ ਕਿਹਾ ਤਾਂ ਪਾਪ ਲੱਗੂ ਜੇ ਝੂਠ ਬੋਲਿਆ। ਸਾਡੀਆਂ ਗੱਲਾਂ ਚੱਲਦੀਆਂ ਰਹਿਣੀਆਂ ਤੇ ਮੈਂ ਕੋਸ਼ਿਸ਼ ਕਰਦਾ ਇਹਨਾਂ ਨੂੰ ਅਦਰ ਕਾਲੀ ਚਾਹ ਪਿਲਾ ਕੇ ਹੌਲੀ ਦੇਣੀ ਦਫ਼ਤਰ ਚੋਂ ਹੌਲੀ ਦੇਣੀ ਅਲਵਿਦਾ ਕਰਾਂ। ਉਦੋਂ ਤੱਕ ਫੇਰ ਲਈ ਜਿਹੜੀ ਕਾਰਵਾਈ ਆ ਉਹ ਤੁਹਾਡੇ ਨਾਲ ਇੱਦਾਂ ਹੀ ਪ੍ਰੋਗਰਾਮ ਦੇ ਦੌਰਾਨ ਚੱਲਦੀ ਰਹਿਣੀ। ਅੱਜ ਸ਼ਾਮ ਨੂੰ ਇਸ ਪ੍ਰੋਗਰਾਮ ਨੂੰ ਅਸੀਂ ਦੁਬਾਰਾ ਰੀਬਰੋਡਕਾਸਟ ਕਰਾਂਗੇ 12:15